ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਬਾਣੀ ਸ਼੍ਰੀ ਰਾਗ ਦੇ ਵਿੱਚ ਅਖੀਰ ਤੇ ਭਗਤਾਂ ਦੀ ਬਾਣੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ। ਸੋ ਤਿੰਨ ਸ਼ਬਦ ਸ਼ਰਵਣ ਕਰ ਚੁੱਕੇ ਹਾਂ ਔਰ ਸਤਿਗੁਰੂ ਮਹਾਰਾਜ ਅੱਗੇ ਬਖਸ਼ਿਸ਼ ਕਰ ਰਹੇ ਨੇ ਸ਼੍ਰੀ ਰਾਗ ਦੇ ਵਿੱਚ ਬਾਣੀ ਭਗਤ ਬੇਣੀ ਜੀਓ ਕੀ। ਸੋ ਬੇਣੀ ਭਗਤ ਜੀ ਜੋ ਪਰਮਾਤਮਾ ਦਾ ਸਿਮਰਨ ਕਰਦਿਆਂ ਹੋਇਆਂ ਪਰਮੇਸ਼ੁਰ ਦੇ ਨਾਲ ਇੱਕ ਮਿੱਕ ਹੋ ਗਏ, ਜੋ ਇਕਾਂਤ ਵਿੱਚ ਜਾ ਕੇ ਲਿਵ ਲਾ ਕੇ ਬੈਠਦੇ ਸਨ ਔਰ ਭਗਤੀ ਦਾ ਕਾਰਜ ਅਧਿਆਤਮੀ ਕਰਮ ਕਰਨੇ, ਮਨ ਦੇ ਅੰਦਰ ਬਣੀ ਹੋਈ ਬਹੁਤ ਉੱਚੀ ਆਤਮਕ ਅਵਸਥਾ ਹੋਰ ਕਿਸੇ ਨਾ ਅਜਰ ਲਿਖਾਵੈ, ਹੋਰ ਕਿਸੇ ਨੂੰ ਜਣਾਉਂਦੇ ਨਹੀਂ ਸਨ ਕਿ ਮੇਰੇ ਅੰਦਰ ਵਾਹਿਗੁਰੂ ਦੀ ਕਿੰਨੀ ਕਿਰਪਾ। ਜੇ ਘਰ ਦੇ ਪੁੱਛਦੇ ਨੇ ਕਿ ਤੁਸੀਂ ਕਿੱਥੇ ਗਏ ਸੀ ਤਾਂ ਕਹਿੰਦੇ ਮੈਂ ਰਾਜ ਦੁਆਰੇ ਗਿਆ ਸੀ, ਪਰ ਜਾਂਦੇ ਸੀ ਬਾਹਰ ਭਗਤੀ ਕਰਨ, ਘਰ ਦੇ ਸਾਰੀਆਂ ਚੀਜ਼ਾਂ ਮੰਗਦੇ ਰਹਿੰਦੇ, ਆਹ ਚੀਜ਼ਾਂ ਦੀ ਸਾਨੂੰ ਲੋੜ ਹੈ ਲਿਆ ਕੇ ਦਿਓ। ਉਹ ਫਿਰ ਕਿਸੇ ਨਾ ਕਿਸੇ ਤਰੀਕੇ ਵੱਲ ਛਲ ਕਰਕੇ ਝੱਤ ਲੰਘਾਵਾ, ਬਸ ਕੁਛ ਦੱਸਣਾ ਹੀ ਨਾ, ਨਾ ਕੁਛ ਲਿਆ ਕੇ ਦੇਣਾ, ਘਰ ਦੇ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਨਾ ਮੁੱਕ ਗਈਆਂ ਜਦੋਂ। ਹੁਣ ਵੱਡਾ ਸਾਂਗ ਵਰਤਾਇਆ ਪਰਮੇਸ਼ੁਰ ਨੇ, ਵੱਡਾ ਸਾਂਗ ਵਰਤਦਾ ਉਹ ਇੱਕ ਮਨ ਪਰਮੇਸ਼ੁਰ ਧਿਆਵੈ, ਉਹ ਤਾਂ ਆਪਣਾ ਇੱਕ ਮਨ ਹੋ ਕੇ ਪਰਮੇਸ਼ੁਰ ਜੀ ਨੂੰ ਧਿਆਉਂਦੇ ਨੇ। ਪੈਜ ਸਵਾਰੈ ਭਗਤੀ ਰਾਜਾ ਹੋਏ ਕਿ ਘਰ ਚੱਲਿਆ ਵੈ, ਉਹ ਕਹਿੰਦੇ ਹੁੰਦੇ ਸੀ ਕਿ ਮੈਂ ਰਾਜੇ ਦੇ ਜਾਣਾ, ਗੱਲ ਸੱਚੀ ਸੀ ਵੀ ਮੈਂ ਪਰਮੇਸ਼ੁਰ ਰਾਜੇ ਦੇ ਘਰ ਭਗਤੀ ਵਿੱਚ ਜਾਣਾ, ਸਤਸੰਗਤ ਵਿੱਚ ਜਾਣਾ। ਪਰਮੇਸ਼ੁਰ ਜੀ ਆਪ ਆ ਗਏ ਉਸ ਵਕਤ, ਦਿਲਾਸਾ ਦਿੱਤਾ ਕਿ ਚਿੰਤਾ ਨਾ ਕਰੋ, ਸਾਡੀ ਭਗਤੀ ਕਰ ਰਹੇ ਨੇ, ਬੇਅੰਤ ਸਮਾਨ ਘਰੇ ਰੱਖ ਕੇ ਲਿਆ ਕੇ। ਸੋ ਇਸ ਤਰ੍ਹਾਂ ਭਗਤ ਜਨਾਂ ਦੀ ਜੈਕਾਰ ਪਰਮੇਸ਼ੁਰ ਕਰਾਉਂਦਾ ਹੈ। ਧੰਨ ਧੰਨ ਭਗਤ ਬੇਣੀ ਜੀ। ਸ੍ਰੀ ਰਾਗ ਵਿੱਚ ਭਗਤ ਬੇਣੀ ਜੀ ਆਪਣੀ ਬਾਣੀ ਉਚਾਰਦੇ ਨੇ। ਭਗਤ ਬੇਣੀ ਜੀ ਦੇ ਕੁੱਲ ਤਿੰਨ ਸ਼ਬਦ ਉਚਾਰੇ ਹੋਏ ਨੇ, ਇੱਕ ਸ੍ਰੀ ਰਾਗ ਵਿੱਚ, ਦੂਸਰਾ ਰਾਮਕਲੀ ਰਾਗ ਵਿੱਚ, ਈੜਾ ਪਿੰਗਲਾ ਔਰ ਸੁਖ ਮਨਾ, ਤੀਜਾ ਪ੍ਰਭਾਤੀ ਰਾਗ ਵਿੱਚ। ਪ੍ਰਭਾਤੀ ਰਾਗ ਵਿੱਚ ਉਚਾਰਨ ਕਰਦੇ ਨੇ ਤਨ ਚੰਦਨ ਮਸਤਕ ਪਾਤੀ ਰਿਦ ਅੰਤਰ ਕਰ ਤਲ ਕਾਤੀ। ਸੋ ਇਹ ਬੇਣੀ ਜੀ ਪੂਰਬ ਦਿਸ਼ਾ ਵਿੱਚ ਹੋਏ ਨੇ ਔਰ ਉਚਾਰਨ ਕਰਦੇ ਨੇ ਅੱਗੇ ਪਹਿਰਿਆਂ ਕਹਿ ਕਰ ਗਾਵਣਾ, ਜਿਵੇਂ ਆਉਂਦਾ ਪਹਿਲਾ ਪਹਿਰਾ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ ਹੁਕਮ ਪਿਆ ਗਰਭਾਸ। ਸੋ ਜਿਸ ਘਰ ਵਿੱਚ ਇਹ ਸ਼ਬਦ ਗਾਇਨ ਕੀਤਾ ਜਾਂਦਾ ਉਸੇ ਘਰ ਵਿੱਚ ਸ਼ਬਦ ਨੂੰ ਗਾਇਨ ਕਰਨਾ, ਪਹਿਰਿਆਂ ਤੋਂ ਭਾਵ ਪਹਿਰ ਪਹਿਰ ਦੇ ਵਿੱਚ ਇਸ ਸ਼ਬਦ ਨੂੰ ਗਾਇਨ ਕਰਨਾ। ਸੋ ਇਸ ਤਰੀਕੇ ਨਾਲ ਇਹ ਸ਼ਬਦ ਜੋ ਹੈ ਉਚਾਰਨ ਕੀਤਾ ਹੈ ਬਣ ਜਾ ਰਿਹਾ ਮਿੱਤਰਾ ਦੇ ਹਿਸਾਬ ਨਾਲ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਖੱਟ ਜੋਤੀ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਜਿਸ ਦੀ ਪ੍ਰਾਪਤੀ ਹੁੰਦੀ ਹੈ। ਸੋ ਇਸ ਜੀਵ ਨੂੰ ਸਿੱਖਿਆ ਦਿੰਦਿਆਂ ਹੋਇਆਂ ਬੇਣੀ ਜੀ ਉਚਾਰਨ ਕਰਦੇ ਨੇ, ਹਰੇ ਨਰ ਗਰਭ ਕੁੰਡਲ ਜਬ ਆਛਤ ਉਰਦ ਧਿਆਨ ਲਿਵ ਲਾਗਾ। ਹਰੇ ਨਰ, ਹੇ ਭਾਈ ਪੁਰਸ਼ਾ, ਹੇ ਬੰਦਿਆ। ਸੋ ਮਾਤਾ ਦਾ ਉਦਰ ਜੋ ਕੁੰਡਲਾਕਾਰ ਹੈ, ਗਰਭ ਕੁੰਡਲ, ਸੋ ਉਸ ਦੇ ਵਿੱਚ ਜਿਸ ਵੇਲੇ ਤੂੰ ਇਸਤਤ ਸੀ, ਆਛਤ ਤੋਂ ਭਾਵ ਹੋ ਰਿਹਾ ਸੀ ਇਸਤਤ, ਉਸ ਵੇਲੇ ਤੂੰ ਉਰਦ ਤੋਂ ਭਾਵ ਉਲਟਾ, ਭਾਵ ਸਿਰ ਹੇਠਾਂ ਅਤੇ ਪੈਰ ਉੱਪਰ ਪੁੱਠਾ ਟੰਗਿਆ ਹੋਇਆ ਸੀ, ਅਤੇ ਵਾਹਿਗੁਰੂ ਦੇ ਧਿਆਨ ਵਿੱਚ ਤੇਰੀ ਬਿਰਤੀ ਲੱਗੀ ਹੋਈ ਸੀ। ਸਤਿਗੁਰੂ ਫਰਮਾਉਂਦੇ ਨੇ ਜਿਵੇਂ ਰੇ ਮੂੜੇ ਤੂੰ ਕਿਉਂ ਸਿਮਰਤ ਅਬ ਨਾਹੀਂ, ਨਰਕ ਘੋਰ ਮੈਂ ਉਰਦ ਤਪ ਕਰਤਾ ਨਿਮਖ ਨਿਮਖ ਗੁਣ ਗਾਹੀਂ। ਉਰਦ ਤੋਂ ਭਾਵ ਉਤਕ੍ਰਿਸ਼ਟ ਜੋ ਪਰਮਾਤਮਾ ਉਹਦੇ ਵਿੱਚ ਧਿਆਨ ਤੂੰ ਲਿਵ ਲਗਾ ਰਿਹਾ ਸੀ, ਗਰਭ ਕੁੰਡਲ ਮੈਂ ਉਰਦ ਗਿਆਨੀ ਆਪੇ ਜਾਣਾ ਅੰਤਰ ਜਾਮੀ, ਸਾਸ ਸਾਸ ਸੱਚ ਨਾਮ ਸੰਭਾਲੇ ਅੰਤਰ ਉਦਰ ਮਝਾਰਾ ਹੈ। ਹੋਰ ਫਰਮਾਉਂਦੇ ਨੇ ਸਤਿਗੁਰੂ ਮਹਾਰਾਜ, ਗਰਭ ਕੁੰਟ ਮੈਂ ਉਰਦ ਤਪ ਕਰਤੇ ਸਾਸ ਸਾਸ ਸਿਮਰਤ ਪ੍ਰਭ ਰਹਿਤੇ, ਗਰਭ ਜੋਨ ਮੈਂ ਉਰਦ ਤਪ ਕਰਤਾ ਤਾਉ ਜਠਰ ਅਗਰ ਮੈਂ ਰਹਿਤਾ। ਮ੍ਰਿਤਕ ਪਿੰਡ ਪਾਦ ਮਦਨਾ ਅਹਿਨਿਸ ਏਕ ਅਗਿਆਨ ਸੋ ਨਾਗਾ। ਜਿਸ ਵੇਲੇ ਤੂੰ ਮਾਤਾ ਦੇ ਉਦਰ ਵਿੱਚ ਇਸਤਤ ਸੀ,
ਉਸ ਵੇਲੇ ਤੂੰ ਪਿੰਡ ਤੋਂ ਭਾਵ ਸਰੀਰ ਦੀ ਤਰਫੋਂ ਮ੍ਰਿਤਕ ਸੀ, ਅਰਥਾਤ ਕਹਿਣ ਤੋਂ ਭਾਵ ਹੈ ਕਿ ਦੇਹ ਅਧਿਆਸ ਨਹੀਂ ਸੀ। ਦੇਹ ਦਾ ਗਿਆਨ ਜਿਉਂਦੇ ਜੀ ਹੁੰਦਾ ਆਪਾਂ ਨੂੰ ਕਿ ਇਹ ਮੇਰਾ ਸਰੀਰ ਹੈ, ਇਹਨੂੰ ਦੇਹ ਅਧਿਆਸ ਕਹਿੰਦੇ ਆ। ਪਰ ਮਾਤਾ ਦੇ ਉਦਰ ਵਿੱਚ ਤੈਨੂੰ ਦੇਹ ਅਧਿਆਸ ਨਹੀਂ ਸੀ, ਉੱਥੇ ਸਰੀਰ ਦੀ ਹੰਗਤਾ ਨਹੀਂ ਸੀ, ਅਤੇ ਵਾਹਿਗੁਰੂ ਦੇ ਚਰਨਾਂ ਵਿੱਚ ਮਸਤ ਸੀ। ਪਦ ਚਰਨਾਂ ਦੇ ਵਿੱਚ ਮਦਨਾ ਹੁੰਦਾ ਮਸਤ, ਅਤੇ ਅਹਿਨਿਸ ਹੁੰਦਾ ਰਾਤ ਦਿਨੇ। ਇੱਕ ਅਗਿਆਨ ਦਾ ਨਾਗਾ ਸੀ, ਭਾਵ ਅਗਿਆਨ ਨਹੀਂ ਸੀ ਤੇਰੇ ਕੋਲੇ, ਕਿਉਂਕਿ ਮਾਤਾ ਦੇ ਉਦਰ ਵਿੱਚ ਤੈਨੂੰ 100 ਜਨਮ ਦਾ ਗਿਆਨ ਸੀ। ਸੋ ਇਸ ਤਰੀਕੇ ਨਾਲ ਕਹਿੰਦੇ ਮ੍ਰਿਤਕ ਜੋ ਮਿੱਟੀ ਦਾ ਪਿੰਡ ਜੋ ਸਰੀਰ ਹੈ ਜੋ ਤੈਨੂੰ ਪ੍ਰਾਪਤ ਹੋਇਆ ਹੈ, ਇਹੀ ਇੱਕ ਤੈਨੂੰ ਪਦ ਮਿਲਿਆ, ਮਰਾਤਬਾ ਮਿਲਿਆ। ਇਹਦਾ ਤੈਨੂੰ ਮਤ ਜਿਹੜਾ ਹੰਕਾਰ ਨਹੀਂ ਸੀ ਅਤੇ ਅਹਿਨਸ ਰਾਤ ਦਿਨੇ ਇੱਕ ਅਗਿਆਨ ਹੀ ਸੀ, ਭਾਵ ਸਵੈ ਸਰੂਪ ਦਾ ਤੈਨੂੰ ਪਤਾ ਨਹੀਂ ਸੀ ਅਤੇ ਬਿਲਕੁਲ ਨਾਗਾ ਹੀ ਸੀ, ਨੰਗਾ ਹੀ ਸੀ ਤੂੰ ਉੱਥੇ। ਆਪਣਾ ਗਿਆਨ ਜੀਵ ਨੂੰ ਨਹੀਂ ਹੁੰਦਾ, ਕਹਿਣ ਤੋਂ ਭਾਵ ਸਰੀਰ ਦਾ ਖਾਣ ਪੀਣ ਦਾ ਕੁਛ ਵੀ ਨਹੀਂ ਪਤਾ, ਸਿਰਫ ਇੱਕ ਲੇਬਿਰਤੀ ਲੱਗੀ ਹੁੰਦੀ ਪਰਮਾਤਮਾ ਦੇ ਵਿੱਚ। ਤੇ ਦਿਨ ਸੰਗਮਲ ਕਸ਼ਟ ਮਹਾਂ ਦੁੱਖ ਆਬ ਚਿੱਤ ਅਧਿਕ ਪਸਾਰਿਆ, ਉਹ ਮਾਤਾ ਦੇ ਉਧਰ ਵਾਸ ਵਾਲੇ ਦਿਨ ਯਾਦ ਕਰ। ਜਦ ਤੂੰ ਮਾਤਾ ਦੇ ਉਧਰ ਵਿੱਚ ਕਸ਼ਟ ਕਰਕੇ ਬਹੁਤ ਦੁਖੀ ਸੀ, ਤੈਨੂੰ ਯਾਦ ਨਹੀਂ, ਹੁਣ ਤੂੰ ਮਾਇਆ ਦੇ ਵਿੱਚ ਬਹੁਤਾ ਕਰਕੇ ਚਿੱਤ ਨੂੰ ਪਸਾਰਿਆ ਹੋਇਆ, ਆਬ ਚਿੱਤ ਅਧਿਕ ਪਸਾਰਿਆ। ਖਾਤ ਪੀਵਤ ਸਵੰਤ ਸੁਖੀਆ, ਨਾਮ ਸਿਮਰਤ ਖੀਨ, ਗਰਭ ਉਦਰ ਬਿਲਲਾਟ ਕਰਤਾ ਤਾਂ ਹੋਵਤ ਦੀਨ। ਉੱਥੇ ਬੜਾ ਦੀਨ ਜਿਹਾ ਗਰੀਬ ਜਿਹਾ ਬਣ ਕੇ ਸੀ ਤੂੰ, ਕਿਉਂਕਿ ਤੇਰੇ ਕੋਲ ਕੁਛ ਵੀ ਨਹੀਂ ਸੀ, ਨਾ ਪੈਸਾ, ਨਾ ਕੱਪੜਾ, ਨਾ ਮਕਾਨ, ਨਾ ਦੁਕਾਨ, ਨਾ ਕੋਈ ਕੰਮ, ਨਾ ਕਾਰ। ਸੋ ਮਾਤਾ ਦੇ ਰਾਹੀਂ ਹੀ ਤੈਨੂੰ ਭੋਜਨ ਦੀ ਪ੍ਰਾਪਤੀ ਹੁੰਦੀ ਸੀ। ਵਿੱਚੋਂ ਗਰਭ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ, ਪ੍ਰਥਮੇ ਗਰਭ ਵਾਸਤੇ ਟਰਿਆ, ਪੁੱਤਰ ਕਲੱਤਰ ਕੁਟੰਬ ਸੰਗ ਜੁੜਿਆ। ਇਸ ਕਰਕੇ ਇਹ ਦੇਹ ਜਿਹੜੀ ਪਰਮਾਤਮਾ ਦੀ ਕਿਰਪਾ ਨਾਲ ਪ੍ਰਾਪਤ ਹੋਈ ਹੈ, ਕਹਿੰਦੇ ਨੇ ਇਹਦੇ ਵਿੱਚ ਤੂੰ ਹੁਣ ਬਹੁਤਾ ਹੀ ਚਿੱਤ ਪਸਾਰ ਲਿਆ ਮਾਇਆ ਦੇ ਅੰਦਰ, ਕਿਉਂਕਿ ਮਾਨਸ ਜਨਮ ਦੁਲੰਭ ਹੈ, ਛਿਣ ਭੰਗਰ ਛਲ ਦੇਹੀ ਛਾਰਾ, ਪਾਣੀ ਦਾ ਕਰ ਪੁਤਲਾ ਉਡੈ ਨਾ ਪਾਉਣ ਖੁੱਲ੍ਹੇ ਨੌ ਦੁਆਰਾ, ਅਗਨ ਕੁੰਡ ਵਿੱਚ ਰੱਖਿਆ ਨਰਕ ਘੋਰ ਮੈਂ ਉਦਰ ਮੰਝਾਰਾ, ਕਰੈ ਉਰਧ ਤਪ ਗਰਭ ਵਿੱਚ ਚੱਸਾ ਨਾ ਵਿਸਰੈ ਸਿਰਜਣ ਹਾਰਾ, ਦਸੀਂ ਮਹੀਨੀ ਜੰਮਿਆ ਸਿਮਰਨ ਕਰੀ ਕਰੇ ਨਿਸਤਾਰਾ, ਜਮਦੋ ਮਾਇਆ ਮੋਹਿਆ ਨਦਰ ਨਾ ਆਵੈ ਰੱਖਣ ਹਾਰਾ, ਸਾਹੋਂ ਵਿਛੜਿਆ ਵਣਜਾਰਾ। ਇਹ ਹੁਣ ਵਿਛੜ ਗਿਆ ਕਾਲ ਪੁਰਖ ਨਾਲੋਂ, ਗਰਭ ਛੋੜ ਅੰਮ੍ਰਿਤ ਮੰਡਲ ਆਇਆ, ਤੋ ਨਾਰ ਹਰ ਮਨੋਂ ਵਿਸਾਰਿਆ। ਮਾਤਾ ਦੇ ਉਧਰ ਨੂੰ ਛੱਡ ਕੇ ਜਿਉਂ ਹੀ ਮ੍ਰਿਤ ਮੰਡਲ ਸੰਸਾਰ ਦੇ ਅੰਦਰ ਜਨਮ ਲਿਆ ਆਇਆ, ਉਦੋਂ ਹੀ ਨਰਹਰ ਤੋਂ ਭਾਵ ਪਰਮਾਤਮਾ ਨੂੰ ਭੁੱਲ ਗਿਆ, ਆਉਂਦਿਆਂ ਸਾਰ ਹੀ ਭੁਲਾ ਦਿੱਤਾ। ਉਰਜ ਪਰੇ ਜੋ ਛੋੜ ਛਡਾਨਾ, ਦੇਵਨਹਾਰ ਮਨਹਿ ਬਿਸਰਾਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰੇ ਮੂੜੇ ਤੂੰ ਕਿਉਂ ਸਿਮਰ ਤਬ ਨਾਹੀ, ਨਰਕ ਘੋਰ ਮੈਂ ਉਰਧ ਤਪ ਕਰਤਾ ਨਿਮਖ ਨਿਮਖ ਗੁਣ ਗਾਹੀ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਨੇ ਜਿਵੇਂ ਪਹਿਰਿਆਂ ਦੇ ਵਿੱਚ ਉਚਾਰਨ ਕੀਤਾ ਬਾਣੀ ਚ, ਦੂਜਾ ਪਹਿਰਾ ਰਹਿਣ ਕੈ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ ਛੱਡ ਗਿਆ ਬਸ ਹੁਣ। ਬਹੁਤ ਮਤਲਬੀ ਬੰਦਾ, ਆਪਣੇ ਮਤਲਬ ਲਈ ਸਿਰਫ ਯਾਦ ਕਰਦਾ ਪਰਮੇਸ਼ਰ ਨੂੰ। ਜਦੋਂ ਦੁਖੀ ਹੁੰਦਾ, ਦੁੱਖ ਲੱਗਾ ਤਾਂ ਰਾਮ ਪੁਕਾਰਾ ਹੈ, ਤਾਂ ਹੀ ਰਾਮ ਨੂੰ ਯਾਦ ਕਰਦਾ, ਦੁੱਖ ਲੱਗ ਜੇ ਬਸ। ਭਗਤ ਬੇਣੀ ਜੀ ਕਹਿੰਦੇ ਨੇ ਫਿਰ ਪਛੈ ਪਛਤਾਵੈ ਹੈਗਾ ਮੂੜਿਆ, ਤੂੰ ਕਵਨ ਕੁਮਤ ਭ੍ਰਮ ਲਾਗਾ। ਕਹਿੰਦੇ ਮੂਰਖ ਬੰਦਿਆ ਫਿਰ ਬਾਅਦ ਦੇ ਵਿੱਚ ਪਛਤਾਉਣਾ ਪੈਣਾ, ਤੂੰ ਭਰਮ ਕਰਕੇ ਕਿਹੜੀ ਕੁਮਤ ਵਿੱਚ ਲੱਗ ਗਿਆ, ਖੋਟੀ ਬੁੱਧੀ ਵਿੱਚ ਲੱਗ ਗਿਆ, ਕਿਉਂ ਇਹਦੇ ਮਗਰ ਲੱਗ ਗਿਆ, ਖੋਟੀ ਬੁੱਧੀ ਦੇ ਮਗਰ, ਇਹ ਖੋਟੀ ਬੁੱਧੀ ਵਾਲੇ ਲੋਕਾਂ ਦੇ ਮਗਰ ਕਿਉਂ ਲੱਗ ਗਿਆ ਤੂੰ, ਚੰਗਾ ਭਲਾ ਗਿਆਨਵਾਨ ਹੋ ਕੇ ਅਗਿਆਨੀ ਕਿਉਂ ਹੋ ਗਿਆ। ਜਿਸ ਵੇਲੇ ਤੂੰ ਜਮਦੂਤਾਂ ਦੇ ਵਸੀਕਾਰ ਪੈਣਾ, ਉਹ ਤੈਨੂੰ ਮਾਰਨਗੇ, ਫਿਰ ਪਿੱਛੋਂ ਬਾਅਦ ਚ ਪਛਤਾਏਗਾ, ਅਫਸੋਸ ਕਰੇਗਾ ਕਿ ਮੈਂ ਬਈ ਸਿਮਰਨ ਭਜਨ ਕਿਉਂ ਨਾ ਕੀਤਾ। ਇਹ ਜਿਹੜਾ ਪ੍ਰਚਾਰ ਹੁੰਦਾ, ਇਹ ਰੱਬ ਵੱਲੋਂ ਹੋਕਾ ਹੁੰਦਾ, ਕੂ ਕਹਿੰਦਿਆਂ ਚਾਂਗੇਂਦਿਆਂ ਮੱਤੀ ਦਿੰਦਿਆਂ ਨਿੱਤ,
ਉੱਚੀ ਉੱਚੀ ਰੌਲਾ ਪੈ ਰਿਹਾ ਚਾਰੇ ਪਾਸੇ। ਸਵੇਰੇ ਸਵੇਰੇ ਮੁਸਲਮਾਨ ਆਪਣੀ ਬਾਂਗ ਦਿੰਦੇ ਆ, ਉੱਚੀ ਆਵਾਜ਼ ਦੇ ਵਿੱਚ ਲੋਕਾਂ ਨੂੰ ਜਗਾਉਂਦੇ ਨੇ, ਅੱਲਾਹੁ ਅਕਬਰ, ਇਹ ਪਰਮਾਤਮਾ ਵੱਡਾ, ਉੱਠੋ ਉਹਦਾ ਸਿਮਰਨ ਕਰੋ, ਉੱਠ ਫਰੀਦਾ ਸੁੱਤਿਆ, ਸੁਬਹ ਨਿਵਾਜ ਗੁਜ਼ਾਰ। ਸੋ ਇਸ ਕਰਕੇ ਮੰਦਰਾਂ ਦੇ ਵਿੱਚ ਵੱਡੇ ਵੱਡੇ ਜੋ ਸੰਖ ਵੱਜਦੇ ਨੇ, ਰੌਲੇ ਪੈਂਦੇ ਨੇ ਵੀ ਉੱਠ ਵੀ ਬੰਦਿਆ। ਗੁਰੂ ਘਰਾਂ ਦੇ ਵਿੱਚ ਹੁਕਮਨਾਮੇ, ਕੀਰਤਨ ਕਥਾ, ਤੈਨੂੰ ਸਾਰੇ ਸਾਵਧਾਨ ਕਰਨੀ ਅਤੇ ਬਾਅਦ ਵਿੱਚ ਦੋਸ਼ ਨਾ ਦੇਈਂ ਪਰਮਾਤਮਾ ਨੂੰ ਕਿ ਮੈਨੂੰ ਪਤਾ ਨਹੀਂ ਸੀ। ਕਥਾ ਪ੍ਰਚਾਰ ਤਾਂ ਕਰਾਉਂਦੇ ਨੇ ਵੀ ਦੁਨੀਆਂ ਦੇ ਵਿੱਚ ਸੋਝੀ ਪਾਓ ਜਾ ਕੇ, ਬਾਅਦ ਵਿੱਚ ਨਾ ਕਹਿਣ ਕਿ ਰੱਬ ਜੀ ਤੁਸੀਂ ਸਾਨੂੰ ਤਾਂ ਦੱਸਿਆ ਹੀ ਨਹੀਂ ਸੀ ਕੁਛ, ਸਾਨੂੰ ਪਤਾ ਹੀ ਨਹੀਂ ਸੀ ਜੀ। ਨਾਨਕ ਬਿਨ ਨਾਵੈ ਜਾਂ ਮਾਰਸੀ ਅੰਤ ਗਿਆ ਪਛਤਾਏ, ਮਨ ਰੇ ਸਮਝ ਕਵਨ ਮਤ ਲਾਗਾ, ਨਾਮ ਵਿਸਾਰ ਅਨ ਰਸ ਲੋ ਬਾਨੇ, ਫਿਰ ਪਛਤਾਹੇ ਅਭਾਗਾ, ਚੇਤ ਰਾਮ ਨਾਹੀ ਜਮਪੁਰ ਜਾਹੇਗਾ, ਜਾਨਮ ਵਿਚਰੈ ਅਨਰਾਧਾ ਰਹਾਓ। ਇਸ ਕਰਕੇ ਤੂੰ ਹੁਣੇ ਹੀ ਵਾਹਿਗੁਰੂ ਨੂੰ ਯਾਦ ਕਰ, ਜੇ ਤੂੰ ਨਾ ਚੇਤੇਗਾ ਤਾਂ ਜਮਪੁਰੀ ਚਲਿਆ ਜਾਏਗਾ, ਨਾ ਹੀ ਜਮਪੁਰ ਜਾਏਗਾ। ਇਸ ਕਰਕੇ ਤੂੰ ਅਰਾਧਨੇ ਤੋਂ ਰਹਿਤ ਨਾ ਹੋ, ਮਤਾ ਉਹਨੂੰ ਭੁਲਾ ਪਰਮਾਤਮਾ ਨੂੰ, ਪਰਮਾਤਮਾ ਨੂੰ ਛੱਡ ਕੇ ਹੋਰ ਦੇਵੀ ਦੇਵਤਿਆਂ ਜਾਂ ਜਾਗਾ ਤਾਂ ਕਰਮਾਂ ਦੇ ਕੰਮ ਵਿੱਚ ਹੋਰ ਇੱਧਰ ਉੱਧਰ ਐਵੇਂ ਬੇਗਤਿਆਂ ਦੇ ਮਗਰ ਲੱਗ ਕੇ ਉਹਨਾਂ ਦੀ ਅਰਾਧਨਾ ਕਰਦਾ। ਦਵੈਤ ਦੇ ਬੀਜ ਬੀਜਣੇ ਨਾ ਕਰ। ਇਸ ਕਰਕੇ ਤੈਨੂੰ ਸਾਵਧਾਨ ਕਰਦੇ ਹਾਂ ਕਿ ਹਮੇਸ਼ਾ ਵਾਸਤੇ ਪਰਮਾਤਮਾ ਦੇ ਵਿੱਚ ਜੁੜ, ਨਾਮ ਜਪ। ਸੋ ਅਨਰਾਧਾ ਤੋਂ ਭਾਵ ਅਨਸਿਆ ਹੋ ਕੇ ਮਤਾਂ ਵਿੱਚ, ਭਾਵ ਗੁਰੂ ਪੀਰ ਦਾ ਹੋ ਕੇ ਫਿਰ, ਨਿਗੁਰਾ ਹੋ ਕੇ ਨਾ ਫਿਰ। ਅਨਸਿਆ ਉਹਨੂੰ ਕਹਿੰਦੇ ਨੇ ਜੋ ਬਣ ਵਿੱਚ ਆਪੇ ਸਬਜ਼ੀ ਪੈਦਾ ਹੋ ਜਾਂਦੀ, ਉਹਦਾ ਕੋਈ ਰੱਖਿਅਕ ਨਹੀਂ ਹੁੰਦਾ, ਇਹੋ ਜਿਹੇ ਨਿਗੁਰੇ ਦਾ ਵੀ ਕੋਈ ਰੱਖਿਅਕ ਨਹੀਂ ਹੁੰਦਾ। ਸੋ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਛੁੱਟੇ ਤਿਲ ਬੂ ਆੜ ਜਿਉਂ, ਸੁੰਨੇ ਅੰਦਰ ਖੇਤ। ਬੂ ਆੜ ਤਿਲ ਜਿਮੀਦਾਰ ਛੱਡ ਜਾਂਦਾ ਕੱਟਣੋਂ, ਕਿਉਂਕਿ ਉਹ ਦੇਖਣ ਨੂੰ ਤਾਂ ਸਾਰਾ ਕੁਝ ਠੀਕ ਹੀ ਲੱਗਦਾ ਹੁੰਦਾ, ਫਲੀ ਹੈ ਫੁੱਲੀ ਹੈ ਬੱਪੜੇ। ਦੂਜੇ ਤਿਲਾਂ ਦੇ ਬੂਟੇ ਨਾਲੋਂ ਤਿਲ ਦਾ ਬੂਟਾ ਜਿਹੜਾ ਨਕਲੀ ਬੂਟਾ ਵੱਡਾ ਹੁੰਦਾ, ਫਲਦਾ ਫੁੱਲਦਾ, ਫੁੱਲ ਵੀ ਉਹੋ ਜਿਹਾ ਹੁੰਦਾ, ਪਰ ਜਿਮੀਦਾਰ ਨੂੰ ਉਹਦੀ ਪਛਾਣ ਹੁੰਦੀ ਹੈ। ਭੀ ਤਨ ਵਿੱਚ ਸਵਾਹ, ਉਹਦੇ ਸਰੀਰ ਵਿੱਚ ਭਾਵ ਉਹਦੇ ਡੋਡੀ ਵਿੱਚ ਸਵਾਹ ਹੁੰਦੀ, ਇਸੇ ਤਰ੍ਹਾਂ ਮਨਮੁੱਖ ਬੰਦੇ ਦੇ ਅੰਦਰ ਵੀ ਸਵਾਹ ਹੀ ਹੁੰਦੀ ਹੈ। ਸਤਿਗੁਰ ਦੇ ਜੋ ਮੂੰਹ ਫੇਰੇ ਹੋਏ ਭਰਮਦੇ ਨਾ ਟਿਕਾਨ, ਧਰਤ ਅਸਮਾਨ ਨਾ ਝੱਲੇ ਵਿੱਚ ਵਿਸਟਾ ਪਏ ਪਛਾਨ। ਬਾਲ ਬਿਨੋਦ ਚਿੰਦ ਰਸ ਲਾਗਾ, ਖਿਨ ਖਿਨ ਮੋਹ ਵਿਆਪੈ। ਜਿਸ ਵੇਲੇ ਬਾਲਕ ਅਵਸਥਾ ਹੁੰਦੀ ਆ ਉਸ ਵੇਲੇ ਬਿਨੋਦ ਹੁੰਦਾ ਖੇਡਣ ਦੇ ਰਸਾਂ ਵਿੱਚ, ਚਿੰਦ ਹੁੰਦਾ ਚਿਤਵਦਾ ਉਹਨਾਂ ਨੂੰ, ਮੈਂ ਆਹ ਗੇਮ ਖੇਡਣੀ, ਮੈਂ ਆਹ ਖੇਡਣਾ, ਲਿਆ ਲਿਆ ਕੇ ਖੇਡਦਾ ਰਹਿੰਦਾ ਗੇਮਾਂ। ਫਿਰ ਬਾਲਕ ਅਵਸਥਾ ਵਿੱਚ ਤਾਂ ਬਿਨੋਦ ਖੇਡਣ ਵਿੱਚ ਹੀ ਲੱਗਿਆ ਰਿਹਾ ਅਤੇ ਜਵਾਨੀ ਵਿਸ਼ੇ ਰਸਾਂ ਦੇ ਭੋਗਣ ਵਿੱਚ ਲੱਗਿਆ ਰਿਹਾ। ਬਾਲ ਬਿਨੋਦ ਚਿੰਦ ਰਸ ਲਾਗਾ, ਚਿੰਦ ਚਿੰਦ ਤੋਂ ਭਾਵ ਫਿਰ ਰਸਾਂ 'ਚ ਲੱਗ ਗਿਆ ਅੱਗੇ, ਬਿਰਧ ਅਵਸਥਾ ਦੇ ਵਿੱਚ ਫਿਰ ਚਿੰਦ ਚਿੰਤਾ ਵੱਧ ਗਈ। ਸੋ ਇਸ ਕਰਕੇ ਯੋਵਨ ਵਿੱਚ ਬਾਲ ਤੋਂ ਭਾਵ ਬਾਲ ਹੁੰਦੀ ਇਸਤਰੀ ਦੇ ਵਿਨੋਦ ਕੌਤਕਾਂ ਦੇ ਰਸਾਂ ਦੇ ਵਿੱਚ ਚਿੰਦ ਚਿਤਵਣ ਲੱਗ ਪਿਆ। ਖਿਨ ਖਿਨ ਕਾਲ ਵਿੱਚ ਨਾਨਾ ਪਦਾਰਥਾਂ ਦਾ ਹੁਣ ਮੋਹ ਵਿਆਪਦਾ, ਸਾਰੇ ਜਿੰਨੇ ਪਦਾਰਥ ਨੇ ਉਹਨਾਂ ਦੀ ਖਿੱਚ ਪੈਂਦੀ, ਮਨ ਨੂੰ ਤੁਣਕਾ ਵੱਜਦਾ ਹੀ ਰਹਿੰਦਾ ਉਹਨਾਂ ਦਾ, ਉਹ ਮੇਰੀਆਂ ਚੀਜ਼ਾਂ, ਉਹ ਮੇਰੀਆਂ ਚੀਜ਼ਾਂ, ਉਹ ਮੇਰੇ ਪਦਾਰਥ, ਹਰ ਇੱਕ ਚੀਜ਼ ਵੱਲ ਮਨ ਖਿੱਚਿਆ ਜਾਂਦਾ। ਰਸ ਮਿਸ ਮੇਧ ਅੰਮ੍ਰਿਤ ਬਿਖ ਚਾਖੀ ਤਾਉ ਪੰਚ ਪ੍ਰਗਟ ਸੰਤਾਪੈ। ਇਹ ਜੀਵ ਜਿਹੜਾ ਹੈ ਰਸ ਮਿਸ ਤੋਂ ਭਾਵ ਤਦਾਕਾਰ ਹੋ ਕੇ ਰਚ ਮਿਚ ਕੇ ਵਿਸ਼ੇ ਵਿਕਾਰ ਜੋ ਵਿਉਹ ਵਾਂਗੂ ਜ਼ਹਿਰ ਵਾਂਗੂ ਮਾਰਨ ਵਾਲੇ ਨੇ, ਤਿਨ੍ਹਾਂ ਨੂੰ ਅੰਮ੍ਰਿਤ ਵਾਂਗੂ ਮੇਧ ਜਾਣਦਾ, ਪਵਿੱਤਰ ਜਾਣ ਕੇ ਸੁਖਦਾਇਕ ਸਮਝ ਕੇ ਚਾਖੀ ਤੋਂ ਭਾਵ ਭੋਗਦਾ। ਰਸਾਂ ਦੇ ਭੋਗਣੇ ਦੇ ਮਿਸ ਤੋਂ ਭਾਵ ਬਹਾਨੇ ਮੇਧ ਹੁੰਦਾ, ਸ਼ਰਾਬ ਆਦਿਕ ਮਾਸ ਆਦਿਕ ਜੋ ਬਿਖ ਵਿਉਹ ਵੱਤ ਦੁਖਦਾਈ ਨੇ ਉਹਨਾਂ ਨੂੰ ਅੰਮ੍ਰਿਤ ਸਮਾਨ ਸੁਖਦਾਈ ਜਾਣ ਕੇ ਚਾਖੀ ਕਰਦਾ, ਉਹਨਾਂ ਦੀ ਖਾਣਾ ਕਰਦਾ। ਤਾਂ ਫਿਰ ਪੰਜ ਜਿਹੜੇ ਕਾਮ ਕਰੋ ਲੋਭ ਮੋਹ ਹੰਕਾਰ ਪ੍ਰਗਟੀ ਭਲੀ ਪ੍ਰਕਾਰ, ਇਹਨੂੰ ਸੰਤਾਪ ਹੁੰਦਾ, ਉਹ ਦੁੱਖ ਦਿੰਦੇ ਨੇ ਆ ਕੇ, ਕਿਉਂਕਿ ਚੀਜ਼ਾਂ ਇਹੀਆਂ ਜਿਹੀਆਂ ਖਾ ਲਈਆਂ, ਫਿਰ ਕਹੇ ਮਨ ਨਹੀਂ ਟਿਕਦਾ। ਜਦੋਂ ਮਨ ਨੂੰ ਖੁਰਾਕ ਹੀ ਇਹੋ ਜਿਹੀ ਦੇਤੀ ਵਿਕਾਰਾਂ ਵਾਲੀ, ਉਦੋਂ ਫਿਰ ਮਨ ਦੀ ਇਕਾਗਰਤਾ ਨਹੀਂ ਹੁੰਦੀ ਜੀਵ ਦੀ। ਜਪ ਤਪ ਸੰਜਮ ਛੋੜ ਸੁਕ੍ਰਿਤ ਮਤ, ਰਾਮ ਨਾਮ ਨਾ ਅਰਾਧਿਆ,
ਇਹ ਜੀਵ ਨੇ ਆਪਣੇ ਇਸ਼ਟ ਦੇਵ ਦਾ ਮੰਤਰ ਜਪਣਾ ਰੂਪ ਜਾਂ ਬਾਣੀ ਦਾ ਸੂਖਮ ਰੂਪ ਪਾਠ ਕਰਨ ਰੂਪ ਜਪ ਵਰਤ ਰੱਖਣੇ ਪੰਜ ਧੂਣੀਆਂ ਤਪਣੀਆਂ ਜਲ ਧਾਰਾ ਸਹਾਰਨਾ ਰੂਪ ਤਪ ਇਹਨੂੰ ਤਪ ਕਹਿੰਦੇ ਨੇ ਔਰ ਇੰਦਰੀਆਂ ਦਾ ਸੰਜਮ ਦਮਨ ਕਰਨਾ ਅਤੇ ਪੁੰਨਾਂ ਵਾਲੀ ਸ਼ੁਭ ਮਤੀ ਸੁਕ੍ਰਿਤ ਜਿਹੜੀ ਹੁੰਦੀ ਹੈ ਪੁੰਨ ਕਰਨੇ ਸਭ ਛੱਡ ਦੇਣਾ ਕੀਤੇ ਅਤੇ ਬੁੱਧੀ ਵਿੱਚ ਪਰਮਾਤਮਾ ਦੇ ਨਾਮ ਨੂੰ ਆਰਾਧਨਾ ਨਾ ਕੀਤਾ ਇਹਨੇ ਕੀ ਛੱਡਿਆ ਜਾਪ ਤਪ ਸੰਜਮ ਛੋੜ ਸੁਕ੍ਰਿਤ ਮਤ ਅਨਦਿਨ ਸੁਕ੍ਰਿਤ ਕਰੀ ਹੈ ਬਾਣੀ 'ਚ ਵੀ ਮਹਾਰਾਜ ਲਿਖਦੇ ਨੇ ਰਾਮ ਨਾਮ ਨਾ ਆਰਾਧਿਆ ਪਰਮਾਤਮਾ ਦਾ ਨਾਮ ਆਰਾਧਨਾ ਹੀ ਨਹੀਂ ਕੀਤਾ ਪੁੱਛ ਲਿਆ ਕਾਮ ਕਾਲ ਮਤ ਲਾਗੀ ਤਾਓ ਆਨ ਸਖਤ ਗੱਲ ਬੰਨਦੇ ਆ ਜਿਸ ਵੇਲੇ ਜੋਵਨ ਅਵਸਥਾ ਦੇ ਬਲ ਕਰਕੇ ਕਾਮਦੇਵ ਨੇ ਛਾਲ ਮਾਰੀ ਆ ਕੇ ਇਹਦੇ ਸਿਰ ਤੇ ਬੈਠ ਗਿਆ ਭੂਤ ਵਾਂਗੂ ਸਵਾਰ ਹੋ ਗਿਆ ਉਹਨੇ ਜਦੋਂ ਆਪਣਾ ਬਲ ਪਾਇਆ ਤਾਂ ਮਤ ਜਿਹੜੀ ਬੁੱਧੀ ਨੂੰ ਕਾਲਖ ਲੱਗੀ ਉਸ ਵਕਤ ਪੁੱਛ ਲਿਆ ਕਾਮ ਕਾਲ ਮਤ ਲਾਗੀ ਮਤ ਜਿਹੜੀ ਸੀ ਉਹ ਕਾਲਖ ਵਿੱਚ ਫਸ ਗਈ ਜੋ ਪਰਾਏ ਰੂਪਾਂ ਨੂੰ ਦੇਖਣ ਵਿੱਚ ਤੁਰ ਪਿਆ ਮੰਦ ਦ੍ਰਿਸ਼ਟੀ ਹੋ ਗਿਆ ਮਨ ਦੇ ਅੰਦਰ ਵਿਕਾਰ ਪੈਦਾ ਹੋ ਗਏ ਸਰੀਰ ਵਿੱਚ ਵਿਕਾਰ ਰੋਮ ਰੋਮ ਜ਼ਬਾਨ ਵਿੱਚ ਵੀ ਵਿਕਾਰੀ ਗੱਲਾਂ ਮਨ ਵਿੱਚ ਵੀ ਵਿਕਾਰੀ ਗੱਲਾਂ ਸਰੀਰ ਵਿੱਚ ਵੀ ਵਿਕਾਰ ਖੜ੍ਹੇ ਹੋ ਗਏ ਜਦੋਂ ਇਹਦੇ ਸਰੀਰ ਦੇ ਵਿੱਚ ਇਸ ਪ੍ਰਕਾਰ ਵਿਕਾਰ ਆ ਗਏ ਤਾਂ ਉਸ ਵਕਤ ਇਹਦਾ ਕਾਲ ਕਰਨ ਵਾਲੀ ਭਾਵ ਮਾਰ ਪਵਾਉਣ ਵਾਲੀ ਮਤੀ ਆ ਕੇ ਪ੍ਰਾਪਤ ਹੋ ਗਈ ਜਿਸ ਵੇਲੇ ਮਾਤਾ ਪਿਤਾ ਨੂੰ ਉਲਾਂਭੇ ਮਿਲਣ ਲੱਗ ਪਏ ਉਸ ਵਕਤ ਮਾਤਾ ਪਿਤਾ ਨੇ ਕੀ ਕੀਤਾ ਤਾਓ ਆਨ ਸਖਤ ਗੱਲ ਬੰਨਦੇ ਆ ਸਖਤ ਹੁੰਦਾ ਇਸਤਰੀ ਲਿਆ ਕਰਕੇ ਇਹਦੇ ਗਲ ਦੇ ਨਾਲ ਬੰਨ ਦਿੱਤਾ ਪਾਪ ਪੁੱਤਰ ਦਾ ਵਿਆਹ ਕਰ ਦਿੱਤਾ ਉਸ ਵਕਤ ਤਰਨ ਤੇਜ ਪਾਰਥਿਆ ਮੁਖ ਜੋ ਹੈ ਸਰ ਆਪ ਸਰ ਨਾ ਪਛਾਣਿਆ ਫਿਰ ਵੀ ਇਹ ਬੰਦਾ ਤਰਨ ਤੋਂ ਭਾਵ ਜੋਬਨ ਅਵਸਥਾ ਦੇ ਤੇਜ ਤੋਂ ਭਾਵ ਬਲ ਕਰਕੇ ਪਰਾਇਆਂ ਘਰਾਂ ਨੂੰ ਦੇਖੀ ਜਾਂਦਾ ਪਰਾਇਆਂ ਰੂਪਾਂ ਨੂੰ ਦੇਖੀ ਜਾਂਦਾ ਤਰਨ ਤੇਜ ਪਰਤਰਿਆ ਮੁੱਖ ਜੋ ਹੈ ਪਰਾਏ ਰੂਪਾਂ ਨੂੰ ਦੇਖਦਾ ਲੈ ਫਾਹੇ ਰਾਤੀ ਤੁਰੈ ਪ੍ਰਭ ਜਾਣੈ ਪ੍ਰਾਣੀ ਤੱਕਹਿ ਨਾਰ ਪਰਾਈਆਂ ਲੁਕ ਅੰਦਰ ਠਾਣੀ ਤਰਨ ਤੇਜ ਤੋਂ ਭਾਵ ਸੂਰਜ ਵਾਂਗੂ ਜਿਨ੍ਹਾਂ ਦਾ ਤੇਜ ਪ੍ਰਤਾਪ ਹੈ ਉਹਨਾਂ ਪਰਾਈਆਂ ਇਸਤਰੀਆਂ ਵੱਲ ਵੀ ਦੇਖਦਾ ਸਰ ਆਪ ਸਰ ਸਰ ਆਪ ਸਰ ਦਾ ਮਤਲਬ ਨਾ ਭਲਾ ਬੁਰਾ ਨਹੀਂ ਜਾਣਿਆ ਇਹ ਕੰਮ ਕਰਨ ਨਾਲ ਮੈਨੂੰ ਕੁੱਟ ਪੈਣੀ ਆ ਮਾਰ ਪੈਣੀ ਆ ਮਨ ਮੈਲਾ ਹੋਣਾ ਗੁਰੂ ਵੇਦ ਸ਼ਾਸਤਰ ਆਗਿਆ ਤੋਂ ਉਲਟ ਜਾ ਰਿਹਾ ਜਾਂ ਨਰਕਾਂ ਨੂੰ ਜਾਵਾਂਗਾ ਬਦਨਾਮੀ ਹੋਵੇਗੀ ਸਰ ਅਫਸਰ ਕੀ ਸਾਰ ਨਾ ਜਾਣਾ ਫਿਰ ਕੀ ਚ ਬੁਢਾਹੀ ਜੀਓ ਪਹਿਲੇ ਪਾਤਸ਼ਾਹ ਲਿਖਦੇ ਉਨ ਮਤ ਕਾਮ ਮਹਾਂ ਬਿਖ ਭੂਲੈ ਪਾਪ ਪੁੰਨ ਨਾ ਪਛਾਣਿਆ ਐਸਾ ਦਿਮਾਗ ਦੇ ਉੱਤੇ ਇਹਦੇ ਬੁੱਧੀ ਦੇ ਉੱਤੇ ਜੋ ਕਾਮ ਦਾ ਅਸਰ ਪੈ ਗਿਆ ਕਹਿੰਦੇ ਉਨਮਤ ਹੁੰਦੀ ਮਸਤੀ ਕਰਕੇ ਵਿਸ਼ਿਆਂ ਦੀ ਮਸਤੀ ਕਰਕੇ ਮਹਾਂ ਵਿਸ਼ੇ ਵਿਕਾਰਾਂ ਵਿੱਚ ਲੱਗ ਕੇ ਭੁੱਲ ਰਿਹਾ ਇਹਨੇ ਜੀਵ ਨੇ ਪਾਪ ਪੁੰਨ ਨੂੰ ਪਛਾਣਿਆ ਹੀ ਨਹੀਂ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣਾ ਇਹ ਗੱਲ ਪਛਾਣੀ ਨਹੀਂ ਸੋ ਜਿਵੇਂ ਮਹਾਰਾਜ ਨੇ ਬਚਨ ਕਿਹਾ ਨੇ ਨਾਰੀ ਕੇ ਸਾਥ ਨੇਹੋ ਤੁਮ ਨਿਤ ਵਡਾਈ ਹੋ ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋਣਾ ਜਾਈ ਹੋ ਇਹ ਪਰਾਇਆਂ ਘਰਾਂ ਨੂੰ ਹੱਥ ਪਾਉਣਾ ਇਹ ਪਾਪ ਹੈ ਔਰ ਆਪਣੇ ਜਤ ਸਤ ਵਿੱਚ ਰਹਿਣਾ ਏਕਾ ਨਾਰੀ ਜਤੀ ਹੋਏ ਇਹ ਪੁੰਨ ਹੈ ਸੁੱਤ ਸੰਪਤ ਦੇਖ ਇਹੋ ਮਨ ਗਰਬਿਆ ਰਾਮ ਹਿਰਦੈ ਤੇ ਖੋਇਆ ਜਿਸ ਵੇਲੇ ਪਰਿਵਾਰ ਪੈਦਾ ਹੋ ਗਿਆ ਉਦੋਂ ਸੁੱਤ ਪੁੱਤਰ ਨੂੰ ਦੇਖ ਕੇ ਤੇ ਸੰਪਤ ਹੁੰਦੀ ਮਾਇਆ ਪਦਾਰਥ ਘਰ ਦੇ ਚੀਜ਼ਾਂ ਦੇਖ ਦੇਖ ਕੇ ਜਿਵੇਂ ਹਵਾ ਭਰਦੀ ਨਾ ਟਿਊਬ ਦੇ ਵਿੱਚ ਫੁੱਲੀ ਜਾਂਦਾ ਬੈਠਾ ਜਦੋਂ ਕੁਛ ਨਹੀਂ ਸੀ ਹੁੰਦਾ ਉਦੋਂ ਨਹੀਂ ਸੀ ਫੁੱਲਦਾ ਹੁਣ ਇੱਕ ਚੀਜ਼ ਲਿਆਉਂਦਾ ਹੋਰ ਫੁੱਲ ਜਾਂਦਾ ਇੱਕ ਚੀਜ਼ ਹੋਰ ਲਿਆਉਂਦਾ ਫਿਰ ਹੋਰ ਫੁੱਲ ਜਾਂਦਾ ਸਤਿਗੁਰੂ ਕਹਿੰਦੇ ਇਹ ਦਿਨੋਂ ਦਿਨ ਤਾਂ ਹੰਕਾਰ ਹੀ ਵਧੀ ਜਾਂਦਾ ਹੰਕਾਰ ਹੀ ਵਧੀ ਜਾਂਦਾ ਜਪਣੇ ਯੋਗ ਜੋ ਪਰਮਾਤਮਾ ਦਾ ਨਾਮ ਸੀ ਉਹ ਮਨ ਚੋਂ ਹੁਣ ਭੁਲਾ ਹੀ ਦਿੱਤਾ ਹੁਣ ਤਾਂ ਰੱਬ ਦੀ ਲੋੜ ਨਹੀਂ ਕਿਉਂਕਿ ਹੁਣ ਸਾਰਾ ਕੁਛ ਆਪਣੇ ਕੋਲ ਹੈਗਾ ਸੋ ਇਸ ਕਰਕੇ ਪਰਮਾਤਮਾ ਦੀ ਲੋੜ ਨਹੀਂ ਸਮਝਦਾ ਮਨੁੱਖ ਫਿਰ ਸੋਹਣਾ ਘਰ ਬਾਰ ਮਿਲ ਗਿਆ ਸੋਹਣੇ ਸਭ ਕੁਛ ਜਦੋਂ ਸਭ ਕੁਛ ਸੋਹਣਾ ਮਿਲ ਜਾਂਦਾ ਸਮਕਾ ਉਦੋਂ ਪਰਮਾਤਮਾ ਨੇ ਇੰਨਾ ਕੁਛ ਤਾਂ ਦਿੱਤਾ ਸੀ ਕਿ ਬੰਦੇ ਨੂੰ ਮੈਂ ਸੁਖੀ ਕਰ ਦਿਆਂ ਇਹਨੂੰ ਕੋਈ ਕਮੀ ਨਾ ਰਹੇ ਇਹ ਸਿਮਰਨ ਬੰਦਗੀ ਕਰੇ ਭਜਨ ਕਰੇ ਪੈਸਾ ਉਹਨੇ ਤਾਂ ਦਿੱਤਾ ਸੀ ਇਹ ਮਨੁੱਖ ਉਲਟਾ ਪੈਸਾ ਲੈ ਕੇ ਕਹਿੰਦਾ ਹੁਣ ਐਸ਼ਾਂ ਕਰਾਂਗੇ
ਮਹਾਰਾਜ ਜੀ ਨੇ ਤਾਂ ਇਹਨੂੰ ਤਾਂ ਦਿੱਤਾ ਸੀ ਕਿ ਭਜਨ ਬੰਦਗੀ ਕਰੇਗਾ, ਕਿਤੇ ਲੰਗਰ ਲਾਵੇਗਾ, ਕਿਸੇ ਗਰੀਬ ਦੀ ਮਦਦ ਕਰੇਗਾ, ਕੋਈ ਪੁੰਨ ਦੇ ਕੰਮ ਕਰੇਗਾ। ਇਹ ਤਾਂ ਇਹ ਪਾਪ ਹੀ ਕਰਨ ਲੱਗ ਪਿਆ, ਜਿਵੇਂ ਰਾਵਣ ਨੂੰ ਕਾਹਦੀ ਲੰਕਾ ਮਿਲੀ, ਪਾਪ ਹੀ ਕਰਨ ਲੱਗ ਪਿਆ। ਇਹ ਜੇ ਦੁਸ਼ਟ ਲੋਕ ਜਿਹੜੇ ਹਰਨਾਕਸ਼ ਵਰਗੇ ਆ, ਪੈਸਾ ਬਹੁਤਾ ਮਿਲ ਗਿਆ, ਉਹ ਫਿਰ ਪਾਪੀ ਬਣ ਜਾਂਦੇ ਨੇ। ਆਵਰ ਮਰਤ ਮਾਇਆ ਮਨ ਤੋਲੇ ਤਉ ਭਾਗ ਮੁਖ ਜਨਮ ਵਿਗੋਇਆ। ਜਿਸ ਵੇਲੇ ਕੋਈ ਅਵਰ ਹੋਰ ਮਰਦਾ ਤਾਂ ਮਨ ਵਿੱਚ ਮਾਇਆ ਨੂੰ ਵਿਚਾਰਦਾ ਕਿ ਇਹਦੇ ਕੋਲ ਜਿਹੜੇ ਪੈਸੇ ਸੀ, ਧਨ ਦੌਲਤ, ਉਹ ਸਭ ਮੈਂ ਸਾਂਭ ਲੂੰਗਾ, ਹੁਣ ਸ਼ੁਕਰ ਹੈ, ਚਲੋ ਇਹ ਚੰਗਾ ਹੋਇਆ ਬੁੜਾ ਮਰ ਗਿਆ, ਸਾਰੇ ਪੈਸੇ ਮੇਰੇ। ਜੇ ਭਰਾ ਵੀ ਚੜ੍ਹਾਈ ਕਰ ਜੇ, ਕਹਿੰਦਾ ਚੱਲ ਇਹਦੇ ਪੈਸੇ ਵੀ ਮੇਰੇ, ਫਲਾਨਾ ਮਰ ਗਿਆ ਉਹਦੇ ਵੀ ਮੇਰੇ। ਇਸ ਤਰ੍ਹਾਂ ਹਰੇਕ ਦੇ ਪੈਸਿਆਂ 'ਤੇ ਨਿਗਾਹ ਰੱਖਦਾ, ਕਹਿੰਦਾ ਸਾਰੀ ਦੁਨੀਆ ਹੀ ਤੁਰਦੀ ਲੱਗੇ, ਸਾਰਾ ਕੁਛ ਮੇਰਾ ਬਣਦੇ। ਇੱਥੇ ਇਹੀ ਜਿਹੀ ਇੱਕ ਬੁੱਧੀ ਛਾ ਜਾਂਦੀ ਮਨ ਦੇ ਅੰਦਰ, ਕਿਉਂਕਿ ਇਹਦਾ ਲੜਕਾ ਕੋਈ ਨਹੀਂ। ਜੇ ਧਨ ਪ੍ਰਾਪਤ ਹੋ ਗਿਆ ਤਾਂ ਇਹਨੂੰ ਚਾਹੀਦਾ ਸੀ ਚੰਗੇ ਪਾਸੇ ਲਾਉਣਾ, ਇਹਨੇ ਉਹ ਧਨ ਲੈ ਕੇ ਕਿੱਥੇ ਖਰਚਿਆ, ਭਗਮੁਖ ਜਨਮ ਵਿਗੋਇਆ, ਬੇਸਬਾਵਾਂ ਕੋਲ ਜਾਣ ਲੱਗ ਪਿਆ, ਵਿਸ਼ੇ ਵਿਕਾਰਾਂ ਵਿੱਚ ਫਸ ਗਿਆ। ਔਰ ਮੁੱਖ ਹੁੰਦਾ ਮੂੰਹ, ਸੋ ਮੂੰਹ ਦੇ ਸਵਾਦਾਂ ਵਿੱਚ ਲੱਗ ਗਿਆ। ਇਸ ਤਰ੍ਹਾਂ ਇਹਨੇ ਆਪਣੀ ਜ਼ਿੰਦਗੀ ਜਿਹੜੀ ਸੀ, ਪੈਸਾ ਮਿਲਿਆ ਸੀ ਜਿਹੜਾ, ਉਹ ਦੋ ਕੰਮਾਂ 'ਤੇ ਹੀ ਜ਼ਿਆਦਾ ਵਰਤਿਆ, ਜਾਂ ਤਾਂ ਵਿਕਾਰਾਂ ਵਿੱਚ ਖਰਚ ਦਿੱਤਾ ਉਹਨੂੰ, ਗਲਤ ਪਾਸੇ ਜਾਣ ਲੱਗ ਪਿਆ, ਜਾਂ ਕਹਿੰਦੇ ਨੇ ਫਿਰ ਉਹ ਮੂੰਹ ਦੇ ਸਵਾਦਾਂ ਲਈ, ਕਹਿੰਦੇ ਹੁਣ ਮੌਜਾਂ ਕਰਾਂਗੇ ਪੱਬਾਂ ਕਲੱਬਾਂ ਜਾ ਕੇ। ਮਹਾਰਾਜ ਕਹਿੰਦੇ ਇਹ ਦੋਨਾਂ ਇੰਦਰੀਆਂ ਦੇ ਸਵਾਦਾਂ 'ਚ ਲੱਗ ਗਿਆ ਅਤੇ ਆਪਣਾ ਜਨਮ ਖਰਾਬ ਹੀ ਕਰ ਲਿਆ। ਪਰਮਾਤਮਾ ਦੀ ਵੱਲੋਂ ਭੱਜ ਕੇ ਸਾਰੀਆਂ ਜੂਨਾਂ ਤੋਂ ਮੁਖੀ ਜਨਮ ਜੋ ਮਨੁੱਖਾ ਦੇਹੀ ਹੈ, ਇਹਨੂੰ ਖਰਾਬ ਹੀ ਕਰ ਦਿੱਤਾ, ਨਿਸਫਲੀ ਗਵਾ ਦਿੱਤਾ। ਬੇਨਤੀ ਕੀਤੀ ਕੋਈ ਤਰਿਆ ਵੀ ਹੈ ਕਿ ਨਹੀਂ? ਭਗਤ ਬੇਣੀ ਜੀ ਕਹਿੰਦੇ ਸੋ ਮਹਾਤਮਾ ਤਰੇ ਨੇ, ਬੜੇ ਵੱਡੇ ਵੱਡੇ ਮਹਾਤਮਾ ਤਰ ਗਏ ਨੇ, ਪਰ ਆਮ ਇਨਸਾਨ ਡੁੱਬ ਜਾਂਦਾ। ਸੋ ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਐਸੀਆਂ, ਕਈ ਵਾਰ ਪੰਕਤੀਆਂ ਭਗਤ ਜਨ ਮਹਾਰਾਜ ਨਿਰਖੌਫ ਹੋ ਕੇ ਵਿਕਾਰਾਂ ਤੋਂ ਬਿਨਾਂ ਲਿਖਦੇ, ਉਹਨਾਂ ਦੇ ਮਨ 'ਚ ਵਿਕਾਰ ਨਹੀਂ ਹੁੰਦੇ, ਵਿਕਾਰ ਭਾਵਨਾ ਨਹੀਂ ਹੁੰਦੀ, ਉਹ ਤਾਂ ਸੁੱਤੇ ਸਿੱਧੀ ਚੀਜ਼ਾਂ ਲਿਖ ਦਿੰਦੇ ਨੇ। ਗੱਲ ਇਹ ਹੁੰਦੀ ਹੈ ਕਿ ਜਦੋਂ ਸੰਸਾਰ ਹੈ, ਸੰਸਾਰ ਦੇ ਵਿੱਚ ਜਿੰਨੇ ਸਾਧੂ ਮਹਾਤਮਾ ਨੇ ਪੂਰਨ ਪਹੁੰਚੇ ਹੋਏ, ਉਹਨਾਂ ਦੇ ਮਨ 'ਚ ਕੋਈ ਵਿਕਾਰ ਨਹੀਂ ਹੁੰਦਾ, ਉਹਨਾਂ ਦੀ ਸੋਚ ਵਿੱਚ ਵੀ ਵਿਕਾਰ ਨਹੀਂ ਹੁੰਦਾ, ਉਹਨਾਂ ਦੇ ਹਿਰਦੇ 'ਚ ਕੋਈ ਵਿਕਾਰ ਨਹੀਂ ਹੁੰਦਾ, ਉਹਨਾਂ 'ਤੇ ਵਿਕਾਰ ਦਾ ਕੋਈ ਅਸਰ ਹੀ ਨਹੀਂ ਹੁੰਦਾ, ਉਹ ਸਿੱਧੀ ਗੱਲ ਕਰ ਦਿੰਦੇ ਨੇ। ਭਗਤਾਂ ਨੂੰ ਕੋਈ ਡਰ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਵੀ ਬੇਖੌਫ ਹੋ ਕੇ, ਬੇਬਾਕ ਹੋ ਕੇ ਲਿਖ ਦਿੰਦੇ ਨੇ ਸਾਰਾ ਕੁਛ। ਪਰ ਅਸੀਂ ਸੰਸਾਰੀ ਲੋਕ ਵਿਕਾਰੀ ਹੋਣ ਕਰਕੇ ਸਾਡੀ ਬਿਰਤੀ ਵਿਕਾਰਾਂ ਵੱਲ ਨੂੰ ਜ਼ਿਆਦਾ ਪਾਈਦੀ। ਅਸੀਂ ਤਾਂ ਚੰਗੀ ਭਲੀ ਗੱਲ ਦੇ ਪੁੱਠੇ ਮਤਲਬ ਕੱਢ ਲੈਂਦੇ, ਚੰਗੀ ਗੱਲ ਦੇ ਵੀ, ਅਤੇ ਜਦੋਂ ਬਾਣੀ 'ਚ ਕੋਈ ਇਹੋ ਜਿਹੀ ਚੀਜ਼ ਆਉਂਦੀ ਹੈ ਫਿਰ ਰੌਲਾ ਪਾ ਦਿੰਦੇ ਨੇ, ਇਹ ਚੀਜ਼ ਲਿਖਤੀ ਗਲਤ ਹੈ ਜੀ, ਆਹ ਹੋਣਾ ਨਹੀਂ ਸੀ ਚਾਹੀਦਾ। ਜਿਵੇਂ ਮਹਾਰਾਜ ਦੀ ਬਾਣੀ ਬਾਰੇ ਇੰਨਾ, ਦਸਵੇਂ ਪਾਤਸ਼ਾਹ ਬਾਰੇ ਪ੍ਰਚਾਰ ਕਰਤਾ, ਉਹਨਾਂ ਦੇ ਮਨ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਹੁੰਦੀ ਵਿਕਾਰਾਂ ਵਾਲੀ। ਜਿਹੜਾ ਬੈਠ ਕੇ ਪਹਿਲਾਂ ਉਹਨਾਂ ਦੀ ਵੱਲ ਦੇਖੋ, ਉਹਨਾਂ ਦੀ ਬਿਰਤੀ, ਉਹਨਾਂ ਦੀ ਸੋਚ ਕੀ ਹੈ। ਸੋ ਭਗਤ ਬੇਣੀ ਜੀ ਨੇ ਲਿਖਿਆ ਤਾਂ ਭਗ ਮੁੱਖ ਜਨਮ ਵਿਗੋਇਆ, ਉਹਨਾਂ ਨੇ ਤਾਂ ਸਹੀ ਹੀ ਲਿਖਿਆ। ਇਹ ਠੀਕ ਹੈ ਕਿ ਅਸੀਂ ਗੱਲ ਨੂੰ ਗੋਲ ਕਰਕੇ ਅੱਗੇ ਲੰਘ ਜਾਂਦੇ ਹਾਂ, ਵਿਸ਼ੇ ਵਿਕਾਰ ਕਹਿ ਕੇ ਲੰਘ ਜਾਂਦੇ ਹਾਂ, ਪਰ ਜੇ ਕੋਈ ਬ੍ਰਹਮ ਗਿਆਨੀ ਮਹਾਂਪੁਰਖ ਬੈਠਾ ਹੋਵੇ ਉਹ ਸਾਰਾ ਕੁਝ ਡਾਇਰੈਕਟ ਹੀ ਸੁਣਾ ਦਿੰਦਾ, ਕਿਉਂਕਿ ਉਹਨੂੰ ਖੌਫ ਨਹੀਂ, ਕਿਸੇ ਦਾ ਡਰ ਨਹੀਂ ਹੁੰਦਾ। ਇਹ ਵੀ ਬ੍ਰਹਮ ਗਿਆਨੀ ਨੇ ਸਾਰੇ, ਸੱਤਵੀਂ ਭੂਮਿਕਾ ਤੋਂ ਵੀ ਉੱਪਰ ਦੇ ਮਾਲਕ, ਤੁਰੀਆ ਪਦ ਅਤੀਤ ਪਦਵੀ ਦੇ ਮਾਲਕ, ਸਾਰੇ 15 ਭਗਤ ਤੁਰੀਆ ਅਵਸਥਾ ਤੋਂ ਵੀ ਉੱਪਰ ਦੇ ਮਾਲਕ ਨੇ, ਇਹਨਾਂ ਨੂੰ ਕੋਈ ਵਿਕਾਰ ਨਹੀਂ। ਬੰਦੇ ਨੂੰ ਚੰਗੀ ਤਰ੍ਹਾਂ ਡਾਂਟ ਕੇ ਕਹਿੰਦੇ ਤੂੰ ਦੋਨਾਂ ਇੰਦਰੀਆਂ ਦੇ ਮਗਰ ਲੱਗ ਕੇ ਜਨਮ ਗਵਾ ਲਿਆ ਆਪਣਾ ਕਲਯੁੱਗ ਦੇ ਵਿੱਚ, ਤੂੰ ਚੰਗਾ ਨਹੀਂ ਕੀਤਾ। ਸੋ ਇਸ ਕਰਕੇ ਉਹ ਬੇਖੌਫ ਹੋ ਕੇ ਗੱਲ ਕਰਦੇ ਨੇ, ਕਹਿੰਦੇ ਉਹ ਜਿਹੜੇ ਰੱਬ ਦੇ ਪਿਆਰੇ ਹੁੰਦੇ ਉਹ ਅਵਰ ਜਿਹੜੀ ਹੋਰ ਹੀ ਮਰਤ ਮਰਦ ਨੇ, ਜਿਨ੍ਹਾਂ ਨੇ ਮਾਇਆ ਮਾਤਰ ਸਾਰੇ ਜਗਤ ਨੂੰ ਆਪਣੇ ਮਨ ਵਿੱਚ ਵਿਚਾਰਿਆ, ਉਹਨਾਂ ਨੇ ਸੰਸਾਰ ਦੀ ਤਰਫੋਂ ਜਿਹੜੀ ਸੀ ਭੱਜ ਦੌੜ ਕਰਕੇ ਅਧਿਸ਼ਠਾਨ ਰੂਪ ਪਰਮਾਤਮਾ ਵਿੱਚ ਆਪਣੇ ਜੀਵਨੇ ਨੂੰ ਵਿਸ਼ੇਸ਼ ਕਰਕੇ ਮਿਲਾਇਆ ਹੈ। ਉਹਨਾਂ ਮਹਾਤਮਾ ਨੇ ਸੰਸਾਰ ਵੱਲੋਂ ਦੌੜ ਕਰਕੇ ਮੁੱਖ ਰੂਪ ਪਰਮਾਤਮਾ ਦੇ ਭਜਨ ਸਿਮਰਨ ਵਿੱਚ ਲੱਗ ਕੇ ਜੰਮਣਾ ਮਰਨਾ ਜਿਹੜਾ ਵਿਗੋਇਆ ਤੋਂ ਭਾਵ ਇਹਦਾ ਅਭਾਵ ਹੀ ਕਰ ਦਿੱਤਾ, ਜੰਮਣਾ ਮਰਨਾ ਮੁਕਾ ਹੀ ਲਿਆ। ਕਦੇ ਮਨ ਦੇ ਅੰਦਰ ਬਹਿ ਕੇ
ਸਿਰਫ 2 ਮਿੰਟ ਲਈ ਇਹੋ ਜਿਹੀ ਵਿਅਕਤੀ ਬਣਾਓ ਕਿ ਆਪਣੇ ਮਨ ਦੇ ਅੰਦਰ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ, ਦੇਹ ਵਿਹੀਨ ਸਭੋ ਤਨ ਨਿਹ ਵਿਰਕਤ ਅਗਿਹ ਅੱਛਾ ਹੈ। ਇਹੋ ਜਿਹੀ ਬਿਰਤੀ ਬਣ ਜਾਵੇ, ਮਹਾਂਪੁਰਸ਼ ਅਚਾਨਕ ਜਾ ਕੇ ਬੇਸਵਾ ਦੇ ਦਰ ਤੇ ਖੜੇ ਹੋ ਗਏ ਗਨਕਾ ਦੇ, ਇਹ ਮਹਾਂਪੁਰਸ਼ ਦੀ ਨਿਸ਼ਾਨੀ ਹੁੰਦੀ। ਜਦੋਂ ਬਾਹਰ ਨਿਕਲੀ, ਦਰਸ਼ਨ ਕੀਤੇ, ਮਨ ਹੀ ਬਦਲ ਗਿਆ। ਐਸੇ ਨਿਰਵਿਕਾਰੀ ਜੀਵਨ ਹੁੰਦੇ ਨੇ ਗੁਰਮੁਖਾਂ ਦੇ ਕਿ ਦੇਖਣ ਵਾਲੇ ਦਾ ਮਨ ਹੀ ਬਦਲ ਕੇ ਪਰਮੇਸ਼ਰ ਦੀ ਬੰਦਗੀ ਵਿੱਚ ਲੱਗ ਜਾਂਦਾ। ਸੋ ਸਤਿਗੁਰ ਦੇ ਬਚਨ ਕੈਸੇ ਵੀ ਹੋਣ, ਚਾਹੇ ਮਹਾਰਾਜ ਨੇ ਕਿਵੇਂ ਵੀ ਚੀਜ਼ਾਂ ਲਿਖ ਦਿੱਤੀਆਂ, ਉਹ ਵਿਕਾਰ ਪੈਦਾ ਨਹੀਂ ਕਰਦੀਆਂ, ਉਹ ਵਿਕਾਰਾਂ ਨੂੰ ਕੱਟਣ ਵਾਸਤੇ ਲਿਖਿਆ ਸਾਰਾ ਕੁਛ। ਇਹੀ ਚੀਜ਼ ਦੀ ਸਮਝ ਨਹੀਂ ਲੱਗੀ ਕਿਸੇ ਨੂੰ ਕਿ ਲਿਖੀਆਂ ਚੀਜ਼ਾਂ ਵਿਕਾਰ ਨਹੀਂ ਪੈਦਾ ਕਰਦੀਆਂ। ਜੇ ਗੁਰੂ ਸਾਹਿਬ ਦੇ ਪਰਮਾਤਮਾ ਦੇ ਭੈ ਦੇ ਵਿੱਚ ਬੰਦਾ ਰਹੇ ਨਾ, ਵਿਕਾਰ ਅਸਰ ਹੀ ਨਹੀਂ ਕਰਦੇ। ਸੋ ਜਿਵੇਂ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੂੰ ਬੇਨਤੀ ਕੀਤੀ ਸੀ ਫੌਜੀ ਰਣਵੀਰ ਸਿੰਘ ਜੀ ਨੇ, ਜੋ 78 ਚ ਸ਼ਹੀਦ ਹੋਏ ਸੀ ਪਟਿਆਲੇ, ਕਹਿੰਦੇ ਮਹਾਂਪੁਰਖੋ, ਵਿਕਾਰ ਸਾਨੂੰ ਬਹੁਤ ਤੰਗ ਕਰਦੇ ਨੇ, ਤੁਸੀਂ ਇਹਨਾਂ ਤੋਂ ਕਿਵੇਂ ਬਚਦੇ ਹੋ? ਮਹਾਂਪੁਰਖ ਕਹਿਣ ਲੱਗੇ, ਫੌਜੀ ਸਿਆਂ, ਜੇ ਚੀਖਾ ਦੇ ਉੱਤੇ ਬੰਦਾ ਬੈਠਾ ਹੋਵੇ, ਥੱਲਿਓ ਅੱਗ ਲਾਈ ਹੋਵੇ, ਉੱਥੇ ਵਿਕਾਰ ਫੁਰ ਸਕਦੇ? ਕਹਿੰਦੇ ਨਾ ਜੀ, ਉੱਥੇ ਕਿੱਥੇ ਫੁਰਨੇ ਆ, ਥੱਲੇ ਤਾਂ ਅੱਗ ਲੱਗੀ, ਚੀਖਾ ਤੇ ਪਿਆ। ਕਹਿੰਦੇ ਇਸੇ ਤਰ੍ਹਾਂ ਆਪਣੇ ਆਪ ਨੂੰ ਮੁਰਦਾ ਸਮਝ, ਵੀ ਮੈਂ ਚੀਖਾ ਤੇ ਹੀ ਬੈਠਾ ਹਰ ਟਾਈਮ, ਫਿਰ ਵਿਕਾਰ ਨਹੀਂ ਨੇੜੇ ਆਉਂਦੇ। ਬ੍ਰਹਮ ਗਿਆਨੀ ਹਰ ਵਕਤ ਆਪਣੇ ਆਪ ਨੂੰ ਇਹੀ ਸਮਝਦਾ ਕਿ ਮੈਂ ਚੀਖਾ ਤੇ ਹੀ ਬੈਠਾ ਬਸ। ਇਸ ਕਰਕੇ ਸਤਿਗੁਰੂ ਕਹਿੰਦੇ, ਵਿਕਾਰਾਂ ਨੂੰ ਖਤਮ ਕਰਨਾ, ਮੌਤ ਨੂੰ ਯਾਦ ਰੱਖਣਾ, ਪਰਮੇਸ਼ਰ ਨੂੰ ਯਾਦ ਰੱਖਣਾ, ਨਿਰਵਿਕਾਰ ਜੀਵਨ ਬਤੀਤ ਕਰਨਾ ਬਹੁਤ ਵੱਡੀ ਚੀਜ਼ ਹੁੰਦੀ ਹੈ। ਉਂਡਰ ਕੇਸ ਕੁਸਮ ਤੇ ਧੌਲੇ, ਸਪਤ ਪਾਤਾਲ ਕੀ ਬਾਣੀ। ਇੱਕ ਤੇ ਭਗਤ ਬਾਣੀ ਹੈ ਜਿਹੜੀ, ਇਹਦੀ ਸੰਥਿਆ ਵੀ ਔਖੀ ਹੈ, ਕਿਉਂਕਿ ਬਾਣੀ ਮਹਿੰਗੀ ਬੜੀ ਹੈ, ਵਿਸ਼ਰਾਮ ਵੀ ਔਖੇ ਹੈ, ਮਹਿੰਗੇ ਕਹਿੰਦੇ ਜਿਹਨਾਂ ਨੂੰ ਆਪਾਂ। ਫਿਰ ਇਹਦੇ ਅੱਖਰ ਵੀ ਐਸੇ ਹੈ, ਕਿਉਂਕਿ ਪੂਰਬ ਦਿਸ਼ਾ ਵਿੱਚ ਹੋਏ ਨੇ, ਪੂਰਬ ਦਿਸ਼ਾ ਇੱਧਰ ਪੈਂਦਾ ਸਾਰਾ, ਬਿਹਾਰ ਬੰਗਾਲ ਇਸ ਪਾਸੇ ਨੂੰ ਸਾਰਾ ਪੂਰਬ ਦਿਸ਼ਾ ਹੈ। ਕਹਿੰਦੇ ਪੁੰਡਰ ਕੇਸ ਕੁਸਮ ਤੇ ਧੌਲੇ, ਜਿਵੇਂ ਭਗਤ ਨਾਮਦੇਵ ਜੀ ਨੇ ਲਿਖਿਆ, ਪਹਿਲ ਪੁਰੀਏ ਪੁੰਡਰਕ ਬਨਾ ਤਾਚ ਹੰਸਾ ਸਗਲੇ ਜਨਾ। ਪੁੰਡਰ ਜਿਸ ਵੇਲੇ ਬਿਰਧ ਅਵਸਥਾ ਹੋਈ, ਉਸ ਵੇਲੇ ਕੇਸ ਜਿਹੜੇ ਸੀ ਪੁੰਡਰ ਹੋ ਗਏ, ਚਿੱਟੇ ਹੋ ਗਏ। ਚਿੱਟੇ ਵੀ ਕੈਸੇ ਹੋਏ ਕਿ ਕੁਸਮ ਤੇ ਧੌਲੇ, ਕੁਸਮ ਹੁੰਦਾ ਮਰਤਬਾਨ ਦੇ ਫੁੱਲ ਨਾਲੋਂ ਵੀ ਧੌਲੇ ਚਿੱਟੇ ਹੋ ਗਏ, ਚਿੱਟੇ ਫੁੱਲ ਨਾਲੋਂ ਵੀ ਕੇਸ ਚਿੱਟੇ ਹੋ ਗਏ ਨੇ। ਕੱਕਾ ਕੇਸ ਪੁੰਡਰ ਜਬ ਹੋਏ, ਬਿਨ ਸਾਬੂਣ ਹੈ ਉਜਲਿਆ। ਇਹ ਪਹਿਲੇ ਪਾਤਸ਼ਾਹ ਨੇ ਲਿਖਿਆ ਬਚਨ, ਨੈਨਹੁ ਨੀਰ ਬਹਿਰ ਤਨ ਕੀਨਾ ਭਏ ਕੇਸ ਦੁੱਧ ਵਾਨੀ। ਅਤੇ ਬਾਣੀ ਇੰਨੀ ਬਰੀਕ ਨਿਕਲਦੀ, ਸਪਤ ਪਾਤਾਲ ਕੀ ਬਾਣੀ, ਇਉਂ ਮੂੰਹ ਚੋਂ ਆਵਾਜ਼ ਨਿਕਲਦੀ ਆ, ਬੈਠੀ ਜੀ ਆਵਾਜ਼। ਜਦੋਂ 90 ਸਾਲ ਦਾ ਹੋ ਗਿਆ, ਕੰਨ ਮੂੰਹ ਦੇ ਉਹਦੇ ਨੇੜੇ ਲਾਉਣਾ ਪੈਂਦਾ, ਕੀ ਕਿਹਾ ਬਾਪੂ ਜੀ, ਫਿਰ ਦੁਬਾਰਾ ਦੱਸਿਓ। 7ਵੇਂ ਪਤਾਲ ਤੋਂ ਜਿਵੇਂ ਬੋਲਦਾ ਹੁੰਦਾ ਥੱਲਿਓ, ਉਹ ਜਿਹੜਾ ਜਵਾਨੀ ਦੇ ਵਿੱਚ ਕੰਨ ਪਾੜ ਦਿੰਦਾ ਸੀ ਬੋਲ ਕੇ, ਹੁਣ 7ਵੇਂ ਪਤਾਲ ਦੀ ਬਾਣੀ ਹੋ ਗਈ ਉਹਦੀ। ਬਹੁਤ ਔਖਾ ਸਮਝ ਲੱਗਦਾ ਕੀ ਕਹਿੰਦਾ, ਸਪਤ ਪਾਤਾਲ ਕੀ ਬਾਣੀ, ਚਿੱਟੇ ਕੇਸ ਹੋ ਗਏ। ਲੋਚਨ ਸ਼ਰਮ ਹੈ ਬੁੱਧ ਬਲ ਨਾਠੀ, ਬਿਰਧ ਅਵਸਥਾ ਵਿੱਚ ਨੇਤਰਾਂ ਵਿੱਚ, ਲੋਚਨ ਨੇਤਰਾਂ ਵਿੱਚ ਸ਼ਰਮ ਹੈ, ਜਲ ਸ਼ਰਮ ਹੈ, ਪਾਣੀ ਵਗਦਾ। ਨੈਨੋ ਨੀਰ ਅਸਾਰ ਬਹਿ, ਬੁੱਧ ਬਲ ਠਾਨੀ ਤੇ ਬੁੱਧੀ ਅਭਾਵ ਹੀ ਹੋ ਗਈ, ਖਤਮ ਹੋ ਗਈ, ਕਿਉਂਕਿ ਬੁਢੇਪੇ ਵਿੱਚ ਅਕਲ ਟਿਕਾਣੇ ਨਹੀਂ ਰਹਿੰਦੀ। 70 ਕਾ ਮਤਹੀਣ, 80 ਕਾ ਵਿਵਹਾਰ ਨਾ ਪਾਵੈ, ਤੇ ਸਰੀਰ ਦਾ ਬਲ ਵੀ ਨਸ ਜਾਂਦਾ, ਬੁੱਧੀ ਦਾ ਬਲ ਵੀ ਨਾਸ ਹੋ ਜਾਂਦਾ। ਇੰਨਾ ਕੁਛ ਹੋਣ ਦੇ ਬਾਵਜੂਦ ਵੀ ਜਿਹੜਾ ਮਨੁੱਖ ਗੁਰਮੁਖ ਨਹੀਂ, ਸਤਿਗੁਰੂ ਕਹਿੰਦੇ ਗੁਰਮੁਖ ਬੁੱਢੇ ਕਦੇ ਨਾਹੀ, ਜਿਹੜਾ ਅੰਤਰ ਸੁਰਤ ਗਿਆਨ, ਉਹ ਨਹੀਂ ਬੁੱਢੇ ਹੁੰਦੇ, ਕਿਉਂਕਿ ਉਹਨਾਂ ਦੀ ਸ਼ਬਦ ਵਿੱਚ ਸੁਰਤੀ ਜਾ ਜੁੜੀ। ਇਹ ਤਾਂ ਜਿਹੜੇ ਮਨਮੁੱਖ ਨੇ ਜਿਨ੍ਹਾਂ ਦੀ ਸ਼ਬਦ ਵਿੱਚ ਸੁਰਤੀ ਦੀ ਜੁੜੀ, ਉਹਨਾਂ ਆਮ ਸਧਾਰਨ ਸੰਸਾਰੀ ਜੀਵਾਂ ਦਾ ਕਥਨ ਕਰਦੇ ਨੇ। ਇੰਨਾ ਕੁਛ ਹੁੰਦਿਆਂ ਹੋਇਆਂ ਵੀ ਚਿੱਟੇ ਵਾਲ ਹੋ ਗਏ, 7ਵੇਂ ਪਤਾਲ ਚੋਂ ਆਵਾਜ਼ ਆਉਂਦੀ, ਬੁੱਧੀ ਦਾ ਬਲ ਘਟ ਗਿਆ, ਅੱਖਾਂ 'ਚੋਂ ਪਾਣੀ ਜਾਂਦਾ, ਤਾਂ ਫਿਰ ਵੀ ਤਾਂ ਕਾਮ ਪਵਸ ਮਾਧਾਣੀ, ਤਾਂ ਫਿਰ ਕਾਮਨਾ ਰੂਪੀ ਮਧਾਣੀ ਅੰਤਹਿਕਰਨ ਰੂਪ ਮੱਟੀ 'ਚ ਪੈ ਕੇ ਰਿੜਕਣ ਲੱਗ ਪੈਂਦੀ, ਕਿਉਂਕਿ
ਬੁਢੇਪੇ ਵਿੱਚ ਵਾਸ਼ਨਾ ਜ਼ਿਆਦਾ ਵੱਧ ਜਾਂਦੀ ਹੈ, ਫਿਰ ਵਿਸ਼ਿਆਂ ਦੀ ਮਧਾਣੀ ਚੱਲ ਪੈਂਦੀ ਅੰਦਰ। ਸਰੀਰ ਤਾਂ ਵਿਸ਼ਿਆਂ ਤੋਂ ਜਵਾਬ ਦਿੰਦਾ ਪਰ ਮਨ ਵਿਕਾਰਾਂ ਤੋਂ ਹਟਦਾ ਨਹੀਂ। ਭਾਵੇਂ 90 ਸਾਲ ਦਾ ਹੋ ਜਾਵੇ, 100 ਸਾਲ ਦਾ ਹੋ ਜਾਵੇ, 200 ਸਾਲ ਦਾ ਬੰਦਾ ਹੋ ਜਾਵੇ, ਜਦੋਂ ਸੰਤੋਖਸਰ ਸਾਹਿਬ ਮੱਠ ਨਿਕਲਿਆ ਸੀ ਥੱਲਿਓਂ 5ਵੇਂ ਪਾਤਸ਼ਾਹ ਵੇਲੇ, ਅੰਮ੍ਰਿਤਸਰ ਸਾਹਿਬ ਸਰੋਵਰ ਸੰਤੋਖਸਰ ਸਾਹਿਬ ਪੜਦਿਆਂ ਥੱਲਿਓਂ ਇੱਕ ਛੋਟਾ ਜਿਹਾ ਮੱਠ ਨਿਕਲਿਆ, ਉਹਦੇ ਵਿੱਚੋਂ ਬਹੁਤ ਲੰਬੀ ਉਮਰ ਦਾ ਬੈਠਾ ਜੋਗੀ ਨਿਕਲਿਆ ਸੀ। ਸਾਰੀ ਦੁਨੀਆ ਦੇਖਣ ਆਈ ਸੀ ਉਹਨੂੰ। ਹੌਲੀ ਹੌਲੀ ਉਹਦੇ ਪਿੰਜਰ ਜੇ ਉੱਤੇ ਮਾਲਸ਼ ਕੀਤੀ ਪੋਲੀ ਪੋਲੀ ਆਪ ਮਹਾਰਾਜ ਨੇ, ਬਦਾਮ ਰੋਗਨ ਕਸਤੂਰੀ ਆਦਿਕ ਦੀ। ਸਵਾਸ ਥੱਲੇ ਉੱਤਰੇ, ਪੁੱਛਦਾ ਕੌਣ ਸਾ ਯੁੱਗ ਹੈ? ਕਹਿੰਦੇ ਕਲ ਯੁੱਗ। ਮਹਾਰਾਜ ਨੂੰ ਦੇਖ ਕੇ ਕਹਿਣ ਲੱਗਿਆ, ਤੁਸੀਂ 5ਵੇਂ ਗੁਰੂ ਗੁਰੂ ਅਰਜਨ ਦੇਵ ਜੀ ਹੋ? ਕਹਿੰਦੇ ਹਾਂ ਜੀ। ਕਹਿੰਦੇ ਮੈਂ ਤੁਹਾਡੇ ਦਰਸ਼ਨਾਂ ਦੀ ਆਸਾ ਲੈ ਕੇ ਹੀ ਸਮਾਧੀ ਲਾ ਕੇ ਬੈਠਾ। ਬਾਬਾ ਬੁੱਢਾ ਜੀ ਨੇ ਉਦੋਂ 5 ਉਂਗਲਾਂ ਖੜੀਆਂ ਕੀਤੀਆਂ, 5 ਦਿਖਾਇਆ, ਯੋਗੀ ਨੇ ਸਿਰ ਹਿਲਾਤਾ ਨਾ। ਸਾਰੇ ਸਿੱਖ ਕਹਿੰਦੇ ਆਪਸ ਵਿੱਚ ਕੀ ਗੱਲ ਕਰ ਲਈ ਦੋਨਾਂ ਜਾਣਿਆਂ ਨੇ? ਕਹਿੰਦੇ ਬਾਬਾ ਜੀ ਤੁਸੀਂ ਇਹਨੂੰ ਕੀ ਪੁੱਛਿਆ? ਕਹਿੰਦੇ ਮੈਂ ਪੁੱਛਿਆ 5 ਮਰ ਗਏ ਤੇਰੇ? ਇਹ ਕਹਿੰਦਾ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਮਰੇ ਨਹੀਂ ਹੈ ਮੇਰੇ ਹਲੇ। ਇਹ ਤਾਂ ਇੰਨੀ ਲੰਬੀ ਉਮਰ ਦੇ ਬਾਵਜੂਦ ਨਹੀਂ ਮਰਦੇ, ਚਾਰੇ ਯੁੱਗ ਜਿੰਨੀ ਉਮਰ 10 ਹੋਰ ਦਸੂਣੀ ਹੋਏ ਤਾਂ ਨਹੀਂ ਮਰਦੇ। ਤਾਂ ਤੇ ਬਿਖੈ ਪਈ ਮਤ ਪਾਵਸ ਕਾਇਆ ਕਮਲ ਕੁਮਲਾਣਾ। ਬਿਰਧ ਅਵਸਥਾ ਵਿੱਚ ਤਾਂ ਤੇ ਕਹਿੰਦੇ ਤਿੰਨਾਂ ਵਾਸ਼ਨਾ ਕਰਕੇ ਤੇ ਜੋਬਨ ਅਵਸਥਾ ਵਿੱਚ ਵਿਸ਼ਿਆਂ ਦੀ ਬਹੁਲਤਾ ਕਰਕੇ ਇਹਦੀ ਬੁੱਧੀ ਕਾਲੀ ਹੋਈ ਪਈ, ਕਾਲੀ ਜਨਮ ਜਨਮ ਕੀ ਇਸ ਮਨ ਕਾ ਮਲ ਲਾਗੀ, ਕਾਲਾ ਹੋਆ ਸਿਆ। ਤਾਂ ਤੇ ਤਿੰਨਾਂ ਵਾਸ਼ਨਾ ਕਰਕੇ ਸਰੀਰ ਦੇ ਵਿੱਚ ਜੋ ਮਤੀ ਸੀ ਨਾ, ਬੁੱਧੀ ਸੀ, ਉਹ ਪਾਵਸ ਤੋਂ ਭਾਵ ਕਾਲੀ ਹੋ ਗਈ, ਤੇ ਕਾਇਆ ਰੂਪੀ ਕਮਲ ਵੀ ਮੁਰਝਾ ਗਿਆ, ਸਰੀਰ ਮੁਰਝਾ ਗਿਆ। ਤਿੰਨਾਂ ਕਾਮਨਾ ਰੂਪੀ ਮਧਾਣੀ ਕਰਕੇ ਬਿਰਧ ਪੁਰਸ਼ ਦੀ ਜਿਹੜੀ ਬੁੱਧੀ ਹੈ ਉਹਦੇ ਵਿੱਚ ਪਾਵਸ ਰੁੱਤ ਵਾਂਗੂ ਜੜਤਾ ਰੂਪ ਅੰਧਕਾਰ ਵਰਤ ਗਿਆ। ਜਿਵੇਂ ਪਾਵਸ ਰੁੱਤ ਵਿੱਚ ਸਾਉਣ ਭਾਦਰੋਂ ਦੇ ਮਹੀਨੇ ਵਿੱਚ ਬੱਦਲਾਂ ਕਰਕੇ ਰਾਤਰੀਆਂ ਜਿਹੜੀਆਂ ਕਾਲੀਆਂ ਹਨੇਰੀਆਂ ਹੋ ਜਾਂਦੀਆਂ, ਇਸੇ ਤਰ੍ਹਾਂ ਬਿਰਧ ਸਰੀਰ ਵਿੱਚ ਜੜਤਾ ਵੀ ਹੋ ਜਾਂਦੀ, ਸਾਰੇ ਇੰਦਰੇ ਸਿਥਲ ਹੋ ਜਾਂਦੇ ਨੇ, ਕਿਉਂਕਿ ਆਮ ਰਾਤਾਂ ਜਿਹੜੀਆਂ ਉਹ ਤਾਰਿਆਂ ਕਰਕੇ ਫਿਰ ਵੀ ਥੋੜ੍ਹੀਆਂ ਜਿਹੀਆਂ ਚਮਕਦਾਰ ਨੇ, ਪਰ ਜਦੋਂ ਬੱਦਲ ਹੋਣ ਉੱਤੇ ਬਿਲਕੁਲ ਹੀ ਹਨੇਰਾ ਛਾ ਜਾਂਦਾ ਹੈ। ਸ਼ੁਭ ਅਸ਼ੁਭ ਵਸਤੂ ਦਾ ਪੂਰਨ ਗਿਆਨ ਨਹੀਂ ਰਹਿੰਦਾ ਹੈ। ਪਹਿਲੇ ਜੋਬਨ ਜੋ ਮਨ ਬਾਂਛਤ ਪਦਾਰਥਾਂ ਰੂਪੀ ਜਲ ਵਿੱਚ ਪਾ ਕੇ ਖੇਡ ਰਿਹਾ ਸੀ, ਇਹ ਕਮਲ ਦਾ ਫੁੱਲ ਸਰੀਰ, ਉਹ ਜਿਸ ਵੇਲੇ ਮਨ ਬਾਂਛਤ ਪਦਾਰਥਾਂ ਰੂਪੀ ਜਲ ਦਾ ਅਭਾਵ ਹੋ ਗਿਆ, ਖਤਮ ਹੋ ਗਏ ਉਹ, ਤੇ ਬਿਰਧ ਅਵਸਥਾ ਰੂਪੀ ਸੂਰਜ ਚੜ੍ਹ ਗਿਆ, ਤਾਂ ਕਾਇਆ ਰੂਪੀ ਕਮਲ ਝੂੜੀਆਂ ਪਾ ਕੇ ਕੁਮਲਾ ਗਿਆ। ਹੁਣ ਆਵਗਤ ਬਾਣ ਛੋੜ ਮ੍ਰਿਤ ਮੰਡਲ ਤਉ ਪਾਛੈ ਪਛਤਾਣਾ। ਇਹ ਜੀਵ ਨੇ ਮ੍ਰਿਤ ਮੰਡਲ ਸੰਸਾਰ ਦੇ ਵਿੱਚ ਅਵਗਤ ਹੁੰਦਾ, ਪਰਮਾਤਮਾ ਦਾ ਨਾਮ ਰੂਪੀ ਬਾਣੀ ਛੱਡ ਦਿੱਤੀ, ਤਾਂਹੀਓ ਫਿਰ ਇਹ ਜੀਵ ਪਿੱਛੋਂ ਪਛਚਾਤਾਪ ਕਰਦਾ, ਤਾਂ ਉਹ ਪਾਛਾ ਪਛਤਾਉਣਾ। ਅਵਗਤ ਬਾਣ ਛੋੜ ਮ੍ਰਿਤ ਮੰਡਲ, ਮ੍ਰਿਤ ਮੰਡਲ ਹੈ ਸੰਸਾਰ, ਇਹਦੇ ਵਿੱਚ ਇਹਨੇ ਕੀ ਕੀਤਾ ਹੈ? ਅਵਗਤ ਹੁੰਦਾ ਪਰਮਾਤਮਾ ਦਾ ਨਾਮ ਰੂਪ ਬਾਣ ਬਾਣੀ ਜਿਹੜੀ ਸੀ ਛੱਡਤੀ ਹੈ। ਇਹੋ ਜਨਮ ਪਦਾਰਥ ਪਾਇਕ ਹੈ, ਹਰ ਨਾਮ ਨਾ ਚੇਤੇ ਲਿਵਲਾਏ, ਪਾਗ ਖਿਸਿਆ ਰਹਿਣਾ ਨਹੀਂ ਆਗਿਆ ਠੌਰ ਨਾ ਪਾਏ, ਉਹ ਵੇਲਾ ਹੱਥ ਨਾ ਆਵੇ ਅੰਤ ਗਿਆ ਪਛਤਾਏ। ਨਿਕਟੀ ਦੇਹੇ ਦੇਖ ਧੁਨੇ ਉਪਜੈ ਮਾਨ ਕਰਤ ਨਹੀਂ ਬੂਝੈ। ਬਿਰਧ ਅਵਸਥਾ ਵਿੱਚ ਨਿਕਟੀ ਹੁੰਦਾ ਨਿੱਕੀਆਂ ਨਿੱਕੀਆਂ, ਭਾਵ ਨਿੱਕੇ ਨਿੱਕੇ ਦੇ ਪੋਤਰਿਆਂ ਦੀਆਂ ਦੇਹਾਂ ਨੂੰ ਵੇਖ ਕੇ ਧੁਨ ਤੋਂ ਭਾਵ ਬਾਣੀ ਉਪਜੈ ਉਚਾਰਦਾ, ਆਓ ਮੇਰੇ ਬੱਚਿਓ, ਆਓ ਮੇਰੇ ਹੀਰਿਓ, ਆਹ ਮੇਰਾ ਛੋਟਾ, ਆਹ ਮੇਰਾ ਵੱਡਾ। ਕਹਿੰਦੇ ਉਹ ਤਾਂ ਮਾਣ ਕਰਦਾ ਪਰ ਉਹ ਕੁਝ ਬੁੱਝਦੇ ਹੀ ਨਹੀਂ, ਉਹ ਸਮਝਦੇ ਹੀ ਨਹੀਂ ਗੇ। ਉਹ ਕਹਿੰਦੇ ਬਾਬਾ ਹਊਗਾ ਐਵੇਂ ਹੀ ਨਿਕਟ ਆਈਆਂ ਪੁੱਤਰਾਂ ਦੀਆਂ ਦੇਹਾਂ ਨੂੰ ਦੇਖ ਕੇ ਬਾਣੀ ਉਚਾਰਦਾ ਕਿ ਮੈਨੂੰ ਰੋਟੀ ਨਰਮ ਬਣਾ ਕੇ ਦਿਆ ਕਰੋ, ਕੋਈ ਮੇਰੀ ਦਵਾਈ ਬੂਟੀ ਕਰਿਆ ਕਰੋ। ਉਹ ਤਾਂ ਉਹਨਾਂ ਨੂੰ ਮਾਣ ਆਦਰ ਨਾਲ ਕਹਿੰਦਾ ਮੈਂ ਤੁਹਾਡੇ ਸਿਰ ਦਾ ਤਾਜ ਹੈ, ਬਜ਼ੁਰਗ ਸਿਰ ਦਾ ਤਾਜ ਹੁੰਦੇ ਨੇ। ਉਹ ਨਹੀਂ ਸਮਝਦੇ ਕੁਛ, ਉਹ ਕਹਿੰਦੇ ਆਪਣਾ ਕੰਮ ਕਰ, ਜਵਾਬ ਹੀ ਦੇ ਕੇ ਭੱਜ ਜਾਂਦੇ ਨੇ। ਕਹਿੰਦੇ ਠਹਿਰ ਜਾ ਤੈਨੂੰ ਖਵਾਉਣੇ ਪੂੜੇ। ਕਹਿੰਦੇ ਜੇ ਭਲਾ ਮਾਣਸ ਹੈ ਤਾਂ ਲਾਠੀ ਲੈ ਕੇ ਦਰਵਾਜ਼ੇ 'ਤੇ ਬਹਿ ਜਾ ਆਰਾਮ ਨਾਲ, ਉੱਥੇ ਪਹਿਰਾ ਦਿਆ ਕਰ, ਖਾਣ ਦੀ ਲੱਗੀ ਰਹਿੰਦੀ ਤੈਨੂੰ ਹਰ ਵਕਤ। ਦੇਹ ਨੂੰ ਨਿਕਟੀ ਜਿਹੜੀ ਨਿਖੁੱਟੀ ਹੋਈ ਭਾਵ ਕ੍ਰਿਸ ਹੋਈ ਦੇਖ ਕੇ
ਕਮਜ਼ੋਰ ਹੋਈ ਦੇਖ ਕੇ ਫਿਰ ਧੁਨੀ ਉਚਾਰਦਾ ਬਾਣੀ ਕਹਿੰਦਾ ਮੂੰਹ ਚੋਂ ਭਾਵ ਉਪਜੈ ਪੈਦਾ ਹੁੰਦੀ ਬੋਲੀ ਕਿਹੜੀ। ਪੁੱਤਰਾਂ ਨਾਲੋਂ ਬਿਰਧ ਪੁਰਸ਼ ਤਾਂ ਮਾਣ ਕਰਦਾ ਕਿ ਉਹ ਬੁੱਝਦੇ ਤਾਂ ਨਹੀਂ, ਸਗੋਂ ਕਹਿੰਦੇ ਇਹ ਐਵੇਂ ਹੁਣ ਜਾਨ ਜੀ ਖਾਈ ਜਾਂਦਾ, ਪਤਾ ਨਹੀਂ ਕਦ ਖਹਿੜਾ ਛੱਡੂਗਾ। ਮਾਨ ਕਰਤ ਨਹੀਂ ਬੁੱਝੈ, ਜਾਤੀ ਅਭਿਮਾਨ ਕਰਦਾ ਹੋਇਆ ਵਾਹਿਗੁਰੂ ਨੂੰ ਸਮਝਦਾ ਨਹੀਂ ਹੈ। ਜਬ ਜੋਬਨ ਥਾ ਜਨ ਪ੍ਰੀਤ ਕਰੇ, ਅਬ ਜਾਠਰ ਮਾਹੇ ਭਏ ਸਭ ਖਾਰੇ, ਨਾ ਹੈ ਅਧਿਕਾਰ ਕਛੂ ਤੁਮਰੋ, ਪਰ ਲੈ ਲਕਟੀ ਬਹੁ ਮੋਹੇ ਦੁਆਰੇ। ਕਹਿੰਦੇ ਹੁਣ ਮੇਰੇ ਦਰਵਾਜ਼ੇ 'ਤੇ ਬਹਿ ਜਾ। ਸੋ ਇਸ ਕਰਕੇ ਇਹੋ ਜਿਹੀ ਹਾਲਤ ਹੁੰਦੀ ਤਾਂ ਸਤਿਗੁਰੂ ਸਮਝਾਉਂਦੇ ਨੇ, ਹਾਲਤ ਮਾੜੀ ਹੋ ਜਾਂਦੀ ਸਮਝ, ਇਵੇਂ ਇਹਨਾਂ ਦੇ ਮੋਹ ਦੇ ਵਿੱਚ ਲੱਗਿਆ ਰਹਿੰਦਾ। ਆਪਣੇ ਭਗਤੀ ਕਰਿਆ ਕਰ ਪਰਮਾਤਮਾ ਵਾਲੀ, ਕੋਲੋਂ ਲੰਘਦੇ ਲੰਘਦੇ ਛੇੜ ਜਾਂਦੇ ਬਾਬਾ ਬੁੱਢੜਾ ਆਖਦੇ ਬਾਲ ਬੰਦੇ, ਡਿਊੜੀ ਵਿੱਚ ਮੰਜਾ ਦਿੱਤਾ ਘਰਦਿਆਂ ਨੇ, ਪੁੱਛਣ ਪੁੱਤ ਨਾ ਕਈ ਦਿਨ ਹਾਲ ਬੰਦੇ, ਨੂਹਾਂ ਬਹੀ ਬੁੱਸੀ ਰੋਟੀ ਦੇ ਛੱਡਣ, ਕਰਨ ਪਰਤ ਨਾ ਪੁੱਛ ਪੜਤਾਲ ਬੰਦੇ, ਰਾਖਾ ਜੰਦਰੇ ਦਾ ਬੈਠਾ ਰਹੇ ਬੂਹੇ, ਕੱਟੇ ਛੰਨ ਵਿੱਚ ਹਾੜ ਸਿਆਲ ਬੰਦੇ, ਕਾਲਾ ਦਿਲ ਤੇਰਾ ਚਿੱਟਾ ਨਹੀਂ ਹੋਇਆ, ਚਿੱਟੇ ਹੋ ਗਏ ਨੇ ਭਾਵੇਂ ਬਾਲ ਬੰਦੇ, ਅਜੇ ਲੋਭ ਨੂੰ ਦਿਲੋਂ ਦੁਰਕਾਰਿਆ ਨਹੀਂ, ਨਾ ਹੀ ਛੱਡਿਆ ਕ੍ਰੋਧ ਚੰਡਾਲ ਬੰਦੇ, ਕਦੇ ਦੁੱਧ ਮਲਾਈਆਂ ਲੱਭਦੀਆਂ ਸੀ, ਲੱਭੇ ਅੱਜ ਨਾ ਸਹਿਕਵੀਂ ਦਾਲ ਬੰਦੇ, ਰੱਤਾ ਸੋਚ ਖਾ ਆਪਣੇ ਆਪ ਅੰਦਰ, ਕਿੱਧਰ ਗਿਆ ਉਹ ਜੌਹਰ ਜਮਾਲ ਬੰਦੇ, ਕਿੱਥੇ ਰੁਸਤਮੀ ਗਈ ਤੇ ਜ਼ੋਰ ਕਿੱਥੇ, ਕਿੱਥੇ ਗਏ ਸੁੱਖ ਦੇ ਭਾਈ ਬਾਲ ਬੰਦੇ, ਦਮ ਹੁੰਦਿਆਂ ਪਾਣੀ ਨੂੰ ਪਿਆ ਸਹਿਕੇ, ਮੰਨੇ ਕੋਈ ਨਾ ਤੇਰਾ ਸਵਾਲ ਬੰਦੇ, ਦੁਰ ਦੁਰ ਹੁੰਦਿਆਂ ਵੀ ਖੁੱਲ੍ਹੇ ਅੱਖ ਨਾਹੀਂ, ਲਾਹੇ ਅਜੇ ਨਾ ਗਲੋਂ ਜੰਜਾਲ ਬੰਦੇ, ਜਿੰਨੇ ਜਨਮ ਮਨੁੱਖ ਦਾ ਬਖਸ਼ਿਆ ਏ ਜਿਸ ਪਰਮਾਤਮਾ ਨੇ, ਕੀਤੀ ਕਿਤੇ ਵੀ ਨਾ ਉਹਦੀ ਭਾਲ ਬੰਦੇ, ਉਮਰ ਵੇਚ ਕੇ ਵਿਸ਼ੇ ਤੋਂ ਖਾ ਛੱਡੀ, ਦਿੱਤਾ ਮੁਫ਼ਤ ਲੁਟਾਈ ਮਾਲ ਬੰਦੇ, ਕੁੱਛੜ ਚੁੱਕ ਕੇ ਜਿਨ੍ਹਾਂ ਨੂੰ ਪਾਲਿਆ ਈ, ਤੇਰੇ ਰਹੇ ਨਾ ਉਹ ਅੰਗ ਪਾਲ ਬੰਦੇ, ਭਾਵੇਂ ਆਪਣੇ ਆਪ ਵਿੱਚ ਕੁਝ ਹੋਵੇ, ਨਹੀਂ ਸਕਦਾ ਕਾਲ ਨੂੰ ਟਾਲ ਬੰਦੇ, ਜੇਕਰ ਤੀਰ 84 ਤੋਂ ਛੁੱਟਣਾ ਈ, ਭਜਨ ਬੰਦਗੀ ਹੁਣੇ ਸੰਭਾਲ ਬੰਦੇ। ਸੋ ਕਾਵਿ ਰਚਨਾ ਕਿਸੇ ਨੇ ਲਿਖੀ ਇਹ ਸੀ, ਬਈ ਸੰਭਲ ਬਈ ਬੰਦਿਆ ਸੰਭਲ, ਜਿਹੜਾ ਕੁਛ ਤੂੰ ਕਰਦਾ ਇਹ ਤੇਰੇ ਕੰਮ ਨਹੀਂ ਆਉਣਾ, ਭੁਲੇਖੇ ਵਿੱਚ ਇਕੱਠੇ ਕਰੀ ਜਾਂਦਾ ਹੈ, ਇਹ ਤੈਥੋਂ ਸਭ ਖੁਸ ਜਾਣੇ ਨੇ। ਲਾਲਚ ਕਰੈ ਜੀਵਨ ਪਦ ਕਾਰਨ, ਲੋਚਨ ਕਛੂ ਨਾ ਸੂਝੈ। ਜੀਵਨ ਪਦਮੀ ਦੇ ਕਾਰਨ ਉਹ ਵਾਸਤੇ ਲਾਲਚ ਕਰਦਾ, ਅੱਖਾਂ ਵਿੱਚ ਸੁੱਝਦਾ ਨਹੀਂ, ਨਿਗਾਹ ਤਾਂ ਆਉਂਦਾ ਨਹੀਂ, ਕੁਛ ਦਿਖਦਾ ਤਾਂ ਹੈ ਨਹੀਂ, ਬਹੁਤਾ ਜੀਵਨ ਮੰਗੀ ਆ, ਮੂਆ ਨਾ ਲੋੜੈ ਕੋਈ। ਥਾਕਾ ਤੇਜ ਉੜਿਆ ਮਨ ਪੰਖੀ, ਘਰ ਆਂਗਨ ਨਾ ਸੁਖਾਈ। ਪ੍ਰਾਣਾ ਦਾ ਤੇਜ ਥੱਕ ਗਿਆ ਤੇ ਮਨ ਜੀਵ ਰੂਪ ਪੰਛੀ ਉੱਡ ਗਿਆ, ਸਰੀਰ ਛੱਡ ਗਿਆ। ਹੁਣ ਜਦੋਂ ਮਰ ਗਿਆ, ਸਮਾਪਤ ਹੋ ਗਿਆ ਸਭ ਕੁਛ, ਸੰਬੰਧੀਆਂ ਨੂੰ ਘਰ ਦੇ ਆਂਗਨ ਤੋਂ ਭਾਵ ਵਿਹੜੇ 'ਚ ਪਿਆ, ਹੁਣ ਚੰਗਾ ਨਹੀਂ ਲੱਗਦਾ, ਹੋਰ ਭਲਾ ਕੀ ਕਹਿਣਾ। ਕਹਿੰਦੇ ਜੋ ਸਾਰੀ ਉਪਮਾ ਕਰਦੇ ਸੀ, ਘਰ ਕੀ ਨਾਰ ਉਰਹਿ ਤਨ ਲੱਗੀ, ਉਹ ਤਾਂ ਭੂਤ ਭੂਤ ਕਰ ਭਾਗੀ। ਕਹਿੰਦੀ ਛੇਤੀ ਲੈ ਜਾਓ ਚੁੱਕ ਕੇ, ਹੁਣ ਸੰਸਕਾਰ ਕਰੋ ਜਲਦੀ, ਹੁਣ ਨਹੀਂ ਚੰਗਾ ਲੱਗਦਾ ਹੈ। ਬੇਣੀ ਕਹੈ ਸੁਨਹੋਰੇ ਭਗਤ ਹੋ, ਮਰਨ ਮੁਕਤ ਕਿਨ ਪਾਈ। ਬੇਣੀ ਜੀ ਕਹਿੰਦੇ ਪਰਮੇਸ਼ਰ ਦੇ ਭਗਤੋ ਸੁਣੋ, ਮਰਨ ਕਰਕੇ ਮੁਕਤੀ ਕਿਸੇ ਨੇ ਪਾਈ ਹੈ? ਜਿਹਨੇ ਵੀ ਮੁਕਤੀ ਪਾਈ ਹੈ, ਜਿਉਂਦਿਆਂ ਹੀ ਨਾਮ ਜਪ ਕੇ ਪਾਈ ਹੈ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਮੁਕਤੀ ਜਿਉਂਦੇ ਜੀ ਆਪ ਲਓ ਰੱਬ ਤੋਂ, ਕਹੋ ਵੀ ਬਾਅਦ 'ਚ ਮੇਰਾ ਕੋਈ ਪਾਠ ਕਰਾ ਦੂ, ਉਹ ਬਾਅਦ ਵਾਲੇ ਪਾਠ ਤਾਂ ਹੋ ਜਾਣੇ ਹੈ, ਜਿਉਂਦੇ ਜੀ ਜਿਹੜੇ ਗੁਨਾਹ ਕੀਤੇ ਨੇ ਉਹ। ਕਹਿੰਦੇ ਨੇ ਜਿਉਂਦੇ ਜੀ ਤੂੰ ਆਪ ਚੰਗਾ ਬਣ, ਜੀਵਤ ਭਾਅ ਤੋਂ ਮਰੇ ਤੋਂ ਬਿਨਾਂ ਭਲਾ ਕਿਹਨੇ ਮੁਕਤੀ ਪਾਈ? ਜਿਹਨੇ ਪਾਈ ਹੈ ਸੋ ਜੀਵਤ ਭਾਅ ਤੋਂ ਮਰ ਕੇ ਹੀ ਪ੍ਰਾਪਤ ਕੀਤੀ ਹੈ ਮੁਕਤੀ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ, ਤਾਂ ਆਓ ਹਮਾਰੇ ਪਾਸ। ਸੋ ਇਸ ਤਰ੍ਹਾਂ ਭਗਤ ਬੇਣੀ ਦਾ ਇੱਕ ਸ਼ਬਦ ਆਪਾਂ ਸ਼੍ਰਵਣ ਕੀਤਾ।